ਇਹਦੀ ਬੀਬੀ ਨੇ ਇਹਨੂੰ ਪੀਜ਼ਾ ਲੈਣ ਭੇਜਿਆ ਤੇ ਕੰਜਰ ਜਾ ਕੇ ਨਾ ਭੁੱਲ ਗਿਆ ਉੱਥੇ ਜਾ ਕੇ ਭਾਜੀ
मैडम आपको लंगड़े के फायदे बताएगी। यह चूपना चाहिए मेरे ठीक होंगे। सारे अंब चूपना देसी ना चूपना गिटक तो बाहर होंगे अपने पिछले कमरे की सफाई कर। क्यों जी? पिशाबों मेहमान आ रहे सफाई तुम कर दो। सफाई चंगी तरह करया करो। कितों कितों नुकरां ते रह जांदी सफाई। पुछ नाई दे मुंडे नूं चवला मारन दे वे किड्डी सोहणी नौकरानी है सफाई दी। हाय हाय असली ए तां लगदा करीना कपूर असना जरा। हाय हाय करीना कपूर तूं असी कुत्ती कपूर असना जरा। हाय हाय सोना सोने दा छल्ला वाह तूं असी मोड़ चौक दा दल्ला। ए तू की समझा तू कल्ला। स्टूडियो जा रही तुसी चलना। सैयद नूर तेरे घर जा रहे हैं। सैयद नूर असना जरा। हाय हाय सोहनी टूटी तार पाजी। हर बंदा कहना लॉन्ग ड्राइव पे जावा तू असी पाजी ये कुकड़ियां लाओ ट्राला जी सार्जेंट भी कहना नांगा तेरी बैग नांगा चवला। मैं कहा मैडम मेरे एक सवाल का जवाब तो दो। अगर दुध दे विच वाल पै जाण ते वाल कट के दुध पी लेना चाहिए। अच्छा की बकवास कर रहे हो तुसी। ए नुकरानी है इस घर दी नुकरानी है। जा जा के कम कर सारे। ओ तेरीयां दिखारा हुण एडवांस दे सानू भी एडवांस चाहिए। एक एडवांस चाहिए। हां एडवांस कड़ा आखा हुंदा। हां स्टार 112 हैश मिला एडवांस आ जांदा। तू जायज वाले ना कंजर चपला तू भी समझ जा तू कल्ला ही है। चलिए हुण दा मालक आएगा ते आपां आवांगे। सानू नहीं की देनी बधाई। हां काका मेरी सुन गल। असी दोबारा आना ते बधाई लेके जानी है। ਦੁਬਾਰਾ ਦੂਜੇ ਚੱਕਰ 'ਚ ਨਾ ਪੈਣਾ ਹੈ। ਹਾਂ ਜੇ ਮੌਲਾ ਤੇਰੀਆਂ ਖੈਰਾਂ ਇਹ ਤਾਂ ਸਮਝ ਨਹੀਂ ਆਉਂਦੀ। ਸਭ ਦੇ ਮੁੰਡਿਆਂ ਦੀ ਕੋਈ ਕੰਮ ਨਹੀਂ ਕਰਦੇ। ਸਭ ਗਰਮ ਹੈ ਸਾਡੇ ਤੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਗੱਲ ਹੈ ਐਡਾ ਦੁਖੀ ਦੁਖੀ ਹੋਇਆ ਘਰ ਦੇ ਵਿੱਚ ਤੇ ਹਾਲੇ ਅਗਲੇ ਦਿਨ ਤੈਨੂੰ ਤਨਹਾ ਮਿਲੀ ਹੈ। ਉਹ ਵੱਡਾ ਸਾਹਿਬ ਬਹੁਤ ਗਰਮ ਹੈ ਕਹਿੰਦਾ ਮੇਰੇ ਦੋਵੇਂ ਮੁੰਡੇ ਕੰਮ ਨਹੀਂ ਕਰਦੇ। ਅੱਲਾ ਮਾਫੀ ਦੇ ਹਾਲੇ ਅੱਬਾ ਜੀ ਰਾਜ਼ੀ ਨਹੀਂ ਹੈ। ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾ ਕਚਹਿਰੀਆਂ ਥਾਣਿਆਂ ਦੇ ਵਿੱਚ ਜ਼ਲੀਲ ਹੁੰਦੇ ਆ। ਮੇਰਾ ਮਤਲਬ 300 ਰੁਪਇਆ ਫੜਿਆ। ਸੌਖਾ ਕੰਮ ਨਹੀਂ ਮਜ਼ਦੂਰੀ ਕਰਨਾ। ਇਹ ਕਚਹਿਰੀਆਂ ਵਾਲਾ ਮੂੰਹ ਹੈ ਉੱਤੇ ਝੂਠੀਆਂ ਕਸਮਾਂ ਤੇ ਝੂਠੀਆਂ ਗਵਾਹੀਆਂ ਦੇਣਾ ਕੋਈ ਸੌਖਾ ਕੰਮ ਨਹੀਂ। ਮੈਂ ਕਮਾਨਾ ਆਪੇ ਨੂੰ ਦੇਣਾ ਆਪਾ ਤੈਨੂੰ ਤਨਹਾ ਅੱਗੋ ਦਿੰਦਾ ਤਾਂ ਤੇ ਲਾਹਤਾ ਪੈਣ ਡਈਆਂ। ਉਹ ਜਿੱਦਾਂ ਤੇਰਾ ਮੂੰਹ ਹੈ ਨਾ ਚੌਕੀ ਚੌਂਕ ਜਾ ਕੇ ਚੂਪੇ ਵੇਚ ਮਿੱਠੇ ਵੇਚ ਅੰਬ ਵੇਚ ਖੁਰਮਾਨੀਆਂ ਵੇਚ। ਮੈਂ ਡਾਕਟਰ ਮੈਂ ਗਿਆ ਤਾਂ ਖਾਣੇ ਗਿਆ। ਮੇਰੀ ਗੱਲ ਸੁਣ ਏਡਾ ਵੱਧ ਵੱਧ ਕੇ ਕਾਹਨੂੰ ਗੱਲਾਂ ਕਰਨ। ਆਪ ਤੂੰ ਪੱਖੇ ਥੱਲੇ ਨਹੀਂ ਬਹਿ ਸਕਦਾ। ਕਿਉਂ ਅੱਗ ਫੜ ਲੈਣਾ ਉਹ ਕਿਸੇ ਸੂਤ ਖੋਰ ਖੋਤੀ ਦੇ ਬੱਚੇ ਹੋ। ਅੱਲਾ ਕਿਸੇ ਚਲੋ ਦੇ ਬੱਚੇ ਦੀ ਕਰੋ ਮੇਰੇ ਘਰ पुत्र है। मरन लगे अम्मा तुहानू ही मूंह ते करा के गई है। मैं तुहानू बड़ा कहिंदा सी इहनू जाया करा दे। काका कितनी तनखा तेरी? मेरी 18,000 जी। तू जाना तेरी तनखा बाद जाए। हाँ जी हाँ जी। या फिर नौकरी किसी और करना। चल
ਚਵਲਦਾ ਬੱਚਾ ਨਾ 4 ਮਹੀਨੇ ਤਨਖਾਹ ਰਹਿੰਦੀ ਦਿਓ ਮੈਂ ਚੱਲ ਜਾਣਾ ਕਿੰਨੇ ਮਹੀਨਿਆਂ ਦੀ 4 ਮਹੀਨਿਆਂ ਦੀ ਤੂੰ ਸਾਲ ਦੀ ਵੇਖ ਲੈ ਨਹੀਂ ਤਾਂ ਕੰਮ ਛੱਡ ਜਾਈ ਕੀ ਹੋ ਗਿਆ ਤੈਨੂੰ ਚੰਗਾ ਭਲਾ ਹੁੰਦਾ ਅੱਬਾ ਜੀ ਕਿਹਾਰੇ ਤੋਂ ਇੰਨਾ ਗਰੀਬਾਂ ਤੇ ਜ਼ੁਲਮ ਕਰਦੇ ਹੋ ਕਿਹੜੇ ਤੇ ਤੂੰ ਵੀ ਤਮੀਜ਼ ਨਾਲ ਮੇਰੇ ਅੱਬੇ ਨਾਲ ਰਿਹਾ ਕਰ ਸਮਝ ਆਈ ਆ ਓਏ ਅੱਬਾ ਜੰਮੀ ਹਾਂ ਤੂੰ ਵੀ ਕਿਤੇ ਬਗਾਇਰਤਾ ਵਾਲ ਕਟਾਲਾ ਕਿ ਤੈਨੂੰ ਕਿਸੇ ਨੇ ਕਿਹਾ ਇਹਨੂੰ ਨਿੰਬੂ ਲੱਗਣੇ ਆ ਕਿਉਂ ਨਹੀਂ ਕਟਾਉਂਦਾ ਇਹਨੂੰ ਵਾਲ ਚੱਲ ਤੂੰ ਵੀ ਐਂ ਹੋ ਜਾ ਚੱਲ ਚੱਲ ਨਿਕਲ ਜਾ ਮੇਰੇ ਘਰੋਂ ਅੱਬਾ ਜੀ ਹੋਇਆ ਕੀ ਇਹ ਕਾਹਦੇ ਤੋਂ ਇਹ ਗੱਲ ਸਵੇਰੇ ਸਵੇਰੇ ਸੱਪ ਦਾ ਨਾਸ਼ਤਾ ਕੀਤਾ ਜੇ ਕੁਝ ਕਮਾ ਕੇ ਲਿਆ ਇਸ ਘਰ ਚ ਕਮਾ ਕੇ ਲਿਆ 300 ਰੁਪਇਆ ਕਮਾਇਆ 150 ਤੁਸੀਂ ਲੈ ਲਓ 150 ਮੇਰੇ ਕੋ ਰਹਿਣ ਦਿਓ 150 ਮੈਨੂੰ ਦੇ ਕੇ ਜਿਹੜਾ ਤੇਰੇ ਕੋ 150 ਨਾ ਉਹਦੀ ਬੱਤੀ ਬਣਾ ਕੇ ਤੇ ਕਿਤੇ ਰੱਖ ਲੈ ਕੰਮ ਆ ਜੂ ਕੀ ਹੋ ਗਿਆ ਅੱਬਾ ਜੀ ਕੀ ਹੋ ਗਿਆ ਤੂੰ ਕਰਨੇ ਆ ਹਾਂਜੀ ਤੈਨੂੰ ਕਿੰਨੀ ਵਾਰੀ ਕਿਹਾ ਕਿ ਟਾਈਮ ਨਾਲ ਨਾਸ਼ਤਾ ਪਜਾਇਆ ਕਰ ਨਹੀਂ ਬਣਿਆ ਸਾਹਿਬ ਜੀ ਕੀ ਕਰੀਏ ਨਹੀਂ ਬਣਿਆ ਬਣ ਕੇ ਮੈਂ ਤੇ ਤੈਨੂੰ ਨੌਕਰ ਰੱਖ ਕੇ ਪਛਤਾਉਣਾ ਕਾਹ ਦਾ ਮੈਨੂੰ ਹੁਣ ਵੀ ਨਾ ਹੋਟਲ ਤੇ ਤੇਰੀ ਵਜ੍ਹਾ ਨਾਲ ਕਲਮਾ ਸੁਣਾ ਕੇ ਰੋਟੀ ਖਾਣੀ ਪੈਂਦੀ ਹੈ ਨਹੀਂ ਅੱਬਾ ਜੀ ਏਡੀ ਵੀ ਕੋਈ ਗੱਲ ਨਹੀਂ ਹੈ ਕੀ ਐਡਾ ਜ਼ੁਲਮ ਨਾ ਕਰਿਆ ਬੜਾ ਪਿਆਰ ਕਰਦਾ ਘਰ ਸਾਰਾ ਵੇਖੋ ਨਾ ਸਾਡੇ ਬਾਅਦ ਇਹਦੇ ਸਿਰ ਤੇ ਹੀ ਤੇ ਚੱਲਦਾ ਪਿਆ ਜਿਹਦੇ ਮਰਜ਼ੀ ਸਿਰ ਤੇ ਚੱਲੇ ਮੈਂ ਤੁਹਾਨੂੰ ਨਹੀਂ ਰੱਖਣਾ ਕਿਉਂ ਇਸ ਘਰ ਚੋਂ ਨਿਕਲ ਜਾ ਨਾ ਅੱਬਾ ਜੀ ਇਹਨੂੰ ਨਾ ਕੁਝ ਕਿਹਾ ਜੇ ਹਾਂਜੀ ਹਾਂਜੀ ਇਹਦੇ ਨਾਲ ਤੇ ਅੱਗੇ ਜ਼ੁਲਮ ਹੋਣ ਡਿਆ ਕੀ ਇਹਨੂੰ ਇੱਕ ਬੰਦੇ ਨੇ ਦੱਸਿਆ ਸ਼ਰਾਬ ਪੀ ਕੇ ਲੋਕੀ ਸੱਚ ਬੋਲਦੇ ਨੇ ਅਜ਼ਮਾਨ ਵਾਸਤੇ ਆਪਣੀ ਮੁੰਡੀ ਨੂੰ ਪਿਆ ਦਿੱਤੀ ਉਹ ਟੁੰਨ ਹੋ ਗਿਆ ਨਹੀਂ ਵੇ ਕਾਲੂ ਇਹ ਵੱਡਾ ਮੁੰਡਾ ਤੇਰਾ ਨਹੀਂ ਉਹ ਇਹਦਾ ਗੁੱਸਾ ਨਹੀਂ ਕਰ ਕਿਉਂ ਇਹ 10 ਭੈਣ ਭਰਾ ਨੇ ਤਾਂ ਸਾਰੇ ਹੀ ਕਾਲੇ ਨੇ ਅੱਛਾ ਤੇ ਬੂਹੇ ਤੇ ਲਿਖਾਇਆ ਵਾਈਟ ਹਾਊਸ ਤੁਹਾਡੇ ਤਾਂ ਸਾਹਿਬ ਜੀ ਈਦ ਕਾਰਡ ਵਿਕਦੇ ਹਨਾ ਜੀ ਈਦ ਕਾਰਡ ਵੈਸੇ ਅੱਜ ਗੱਲ ਤੇ ਸੱਚੀ ਕਰਨੀ ਹਾਂ ਹਾਂ ਤੈਨੂੰ ਤੇਰੀ ਮਾਂ ਦੀ ਕਸਮ ਵੀ ਝੂਠ ਨਹੀਂ ਬੋਲ ਹਾਂ ਜ਼ਿੰਦਗੀ 'ਚ ਤੂੰ ਵੀ ਕਦੀ ਕਿਸੇ ਨੂੰ ਕਿਹਾ ਜਾ ਭੈੜਿਆ ਕਿਸੇ ਨੂੰ ਕਿਹਾ ਚੱਲ ਭੈੜਿਆ ਨਹੀਂ ਤੇ ਤੈਨੂੰ ਕਿਸੇ ਨੇ ਆਖਿਆ ਚੱਲ ਸੋਹਣਿਆ ਕੱਲ ਨੂੰ ਰਕਸ਼ਾ ਲੱਗ ਲੈ ਸੋਹਣਿਆ ਸਾਈਡ ਤੇ ਹੋ ਤੇ ਅੱਗੇ ਜਾ ਕੇ ਉਲਟ ਵੀ ਤਾਂ ਗਿਆ ਸੀ ਨਾ ਮੈਂ ਤੇ ਆ ਆ ਖੰਜਰ ਤੋਂ ਡਰ ਲੱਗਦਾ ਕਾਹੋ ਬਾਈ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਮੈਂ ਇਹਦੇ ਚੋਂ ਜੇ ਇਹ ਮੇਰੇ ਚੋਂ ਇੱਕੋ ਜੀ ਸ਼ਕਲ ਲੱਗ ਮੇਰੇ ਸਾਹਮਣੇ ਆਈ ਬਾਜੀ ਤੁਹਾਡਾ ਤੇ ਤੁਹਾਡੇ ਦੀ ਸ਼ਕਲ ਜਾਣੀ ਹੈ ਨਾ ਖਬਰਦਾਰ ਤੁਹਾਡੀਆਂ ਭੈਣਾਂ ਦਾ ਵਿਆਹ ਕਰਨਾ ਇਸ ਘਰ ਚ ਕਮਾ ਕੇ ਲਿਆਓ ਕੁਝ ਕਮਾ ਕੇ ਕੀ ਪਹਿਲੋ ਖਾਣ ਨੂੰ ਤੇ ਦਿਓ ਸਵੇਰ ਤੇ ਹੁਣ ਆਂਡੇ ਆ ਤੂੰ ਨਾ ਆਪਣੀ ਇੱਕ ਫੋਟੋ ਦੇਈ ਮੈਨੂੰ ਕਿਉਂ ਜੀ ਉਹ ਮੈਂ ਜ਼ਹਿਰ ਬਣਾਈ ਉਹਦੀ ਸ਼ੀਸ਼ੀ ਤੇ ਲਾਉਣੀ ਹੈ ਕਿਉਂ ਤੁਹਾਡੀ ਫੋਟੋ ਫਲਾਪ ਹੋ ਗਈ ਤੁਹਾਡੀ ਇਹ ਤੇ ਸਦਕਾ ਦੇਣ ਗਿਆ ਕੰਜਰ ਚੜੇਲਾ ਨੇ ਚੌਕੇ ਦੇ ਮੂੰਹ ਤੇ ਮਾਰਿਆ ਉਹ ਕਿਉਂ ਕਹਿੰਦੇ ਭਰਾਵਾ ਆਪਾਂ ਚ ਤੇ ਲੈਣ ਦੇਣ ਹੈ ਹੀ ਨਹੀਂ ਤੋਬਾ ਸਾਹਿਬ ਜੀ ਟਾਂਗੇ ਤੋਂ ਲਾਈ ਜਾਂਦੇ ਆਹੋ ਸਾਡੇ ਮਗਰੋਂ ਵੀ ਲਾਈ ਜਾਓ ਤੈਨੂੰ ਨੌਕਰੀ ਤੇ ਲਵਾ ਲਾ ਚਿੜੀਆ ਘਰ ਕਰਨਾ ਕੀ ਬਸ ਬਾਦਰਾਂ ਦੀਆਂ ਕੱਛਾਂ ਤੋਂ ਚਿੱਚੜ ਲਾਉਣੇ ਕਰਨਾ ਨਾ ਅੱਬਾ ਜੀ ਜ਼ਰੂਰ ਜਾਣਾ ਇੱਥੇ ਜੋ ਖਲੋਤੇ ਇਹ ਬਾਂਦਰ ਨਾ ਤੈਨੂੰ ਜ਼ਰਾਫੇ ਬਾਂਦਰ ਲੱਗਣ ਤੇ ਹੈ ਖੋਤੀ ਦੇ ਬੱਚੇ ਜ਼ਰਾਫੇ ਇਦਾਂ ਦੇ ਹੁੰਦੇ ਵੇ ਮੈਂ ਆ ਜਾਵਾਂ ਆ ਪਹੁੰਚ ਗਈ ਏ ਉਹਨੂੰ ਇਹ ਵੀ ਹੋਰੇ ਬਾਈਪਾਸ ਤੋਂ ਆਉਂਦੇ ਹੀ ਉਹ ਹੜੱਪਾ ਵੀ ਮੰਗਦੀ ਆ ਹੇ ਤੱਕ ਲੱਗਾ ਉਥੇ ਕੱਲ ਵੀ ਚਿੱਟਾ ਬਤਰੀ ਨੂੰ ਲੈ ਕੇ ਆਏ ਵਾਪਸ ਤੁਹਾਡੀਆਂ ਇੰਜ ਦੀ ਨੇ ਜਿੱਤਲ ਟੋਰ ਪੈਣ ਉਹ ਤੋਂ ਲਈ ਤੂੰ ਨਾ ਹੋਲੀ ਗੱਲ ਕਰਿਆ ਕਰ ਕਿਉਂ ਆ ਬਾਈ ਮੈਨੂੰ ਡਰ ਰਹਿੰਦਾ ਕਿਤੇ ਉੱਡ ਕੇ ਮੇਰੇ ਨੱਕ 'ਚ ਨਾ ਵਜੇ ਜੀ ਕਿੱਧਰ ਆਏ ਹੋ ਜੀ ਮੈਂ ਜਾਜੀ ਨਹੀਂ ਮਿਲਣਾ ਜੀ ਮੈਂ ਹੀ ਹੂੰ ਜਾਜੀ ਬਤਾਏ ਇਹ ਮਾਰ ਵੀ ਆਪਣਾ ਹਾਲ ਵੇ ਤੂੰ ਨਹੀਂ ਦੇ ਆ ਜਾਜੀ ਜਾਜੀ ਚੰਗਾ ਭਲਾ ਕਿਨੂੰ ਮਿਲਣਾ ਖਬਰਦਾਰ ਜੀ ਚਾਚਾ ਜੀ ਮੈਂ ਜਾਜੀ ਨਹੀਂ ਮਿਲਣਾ ਉਹ ਚਾਚਾ ਜੀ ਪਹਿਲੇ ਗਿਆ ਚਾਚਾ ਜੀ ਤੂੰ ਮੇਰੇ ਹੱਥ ਆ ਗਈ ਨਾ ਮੈਂ ਤੇਰੀ ਚਾਹ ਚਾਹ ਕਰਾ ਦੇਣੀ ਫੜ ਕੇ ਚਾਚਾ ਜੀ ਤੂੰ ਮੇਰਾ ਨਾਂ ਲੈ ਲਾ ਤੂੰ ਮੈਨੂੰ ਨੋਮੀ ਕਹ ਲੈ ਓ ਨੋਮੀ ਵਾਲੇ ਐ ਮੂੰਹ ਨਹੀਂ ਹੁੰਦੇ ਨੋਮੀ ਵਾਲੇ ਐ ਮੂੰਹ ਹੁੰਦੇ ਹਾਂ ਅੰਦਰ ਚਾਚਾ ਇਹ ਮੂੰਹ ਸਿਰਫ ਚਪੇੜਾ ਖਾਣ ਲੈ ਹੁੰਦੇ ਐ ਮੈਂ ਤਾਂ ਤੇਰੇ ਚਪੇੜ ਵੀ ਨਹੀਂ ਮਾਰਦਾ ਕਿਉਂ ਕਿਉਂਕਿ ਮੈਨੂੰ ਡਰ ਆ ਕਿ ਚਿੱਟੇ ਮੇਰੇ ਤੇ ਹੀ ਪੈਣੇ ਆ ਐਡਾ ਗੱਲ ਆ ਕਿਹਨੂੰ ਮਿਲਣਾ ਜੀ ਨੋਮੀ ਨੂੰ ਲੈ ਹੁਣੇ ਨੋਮੀ ਆ ਗਿਆ ਮੈਨੂੰ ਜਾਜੀ ਸੀ ਜਾਜੀ ਨੂੰ ਮਿਲ ਲੈ ਆਂਦਾ ਅੱਬਾ ਮੇਰਾ ਚਾਂ ਚਾਂ ਕਰਾ ਦਿਆ ਇੱਕੋ ਨਹੀਂ ਚਾਚੇ ਨੇ ਨਾ ਤੇਰੇ ਚਾਚੇ ਨੇ ਤੇ ਮੇਰੇ ਅੱਬੇ ਨੇ ਮੇਰੀ ਅੰਮਾ ਦੀਆਂ ਵੀ ਚੀਕਾਂ ਕਢਾ ਦਿੱਤੀਆਂ ਮੈਂ ਆਖਿਆ ਅੱਬਾ ਕੀ ਖਾਦਾ ਸੀ ਰਾਤੀ ਚੀਕਾਂ ਕਢਾ ਦੇ ਆਂਦਾ ਖਾਦਾ ਕੋਈ ਨਹੀਂ ਮਰਚਾਂ ਦਾ ਹੱਥ ਲੱਗ ਗਿਆ ਤੇਰੀ ਮੈਂ ਸਰਕਾਰੀ ਨੌਕਰੀ ਲਵਾ ਦਿੱਤੀ ਹੋਰ ਸੁਣਾਓ ਜਾਜੀ ਕਿੱਥੇ ਆ ਇੱਥੇ ਆ ਆ ਜਾਜੀ ਤੂੰ ਤਾਂ ਆ ਕੀ ਹੋ ਗਿਆ ਯਾਰ ਤੈਨੂੰ ਆ ਜਾਜੀ ਜੀ ਕੀ ਹਾਲ ਕਰ ਐ ਜਾਜੀ ਡੋਨਟ ਟੱਚ ਮੀ ਕੀ ਕਹਾ ਡੋਨਟ ਟੱਚ ਮੀ ਨਾ ਰਿਸਪੌਂਡਿੰਗ ਇਸ ਦਾ ਮੋਮੈਂਟ ਪਲੀਜ਼ ਟ੍ਰਾਈ ਲੇਟਰ ਆਪਕੀ ਮਤਲਬ ਔਰਤ ਲੰਗੜੇ ਕੇ ਇਸਤੇਮਾਲ ਮੇ ਹੈ ਮਜੀਦ ਮਾਲਬਾਦ ਕਰੀ ਲੜਕੀ ਕੇ ਬਾਪ ਸੇ ਰੁਜੂ ਕਰੇ ਇਹ ਭਲਾ ਇੰਜ ਕਿਉਂ ਕਰ ਰਿਹਾ ਕਿਉਂ ਇਹ ਮਰਾਸੀਆਂ ਦਾ ਮੁੰਡਾ ਤੇ ਕਿਤੇ ਮਹਿੰਗਾ ਟੀਨ ਬੈਗ ਪੀ ਬੈਠਾ ਉਹ ਇਹਦਾ ਦਿਮਾਗ ਨੂੰ ਚੜੀ ਇੰਟਰ ਨਹੀਂ ਆਵੇ
ਤੈਨੂੰ ਮਿਲਣਾ ਜਾਜੀ ਨੂੰ ਜੀ ਜੀ ਅੱਜ ਜਾਜੀ ਖਲੋਤਾ ਕੁੱਤਾ ਤਾਂ ਧੁੱਪ ਸੇਕ ਰਿਹਾ ਦੱਸ ਜਾਜੀ ਮੈਂ ਤੁਹਾਡੀ ਮਿਹਰਬਾਨੀ ਹੈ ਮੇਰਾ ਕਲਾਇੰਟ ਆਇਆ ਇੰਜ ਨਹੀਂ ਕਰੀਦਾ ਕੀ ਆਇਆ ਕਲਾਇੰਟ ਆਇਆ ਇਹਨਾਂ ਦਾ ਕੋਈ ਕੇਸ ਕੂਸ ਹੋਣਾ ਚਲੋ ਸ਼ੁਕਰ ਹੈ ਪੁੱਤ ਇੱਕ ਲਫ਼ਜ਼ ਤੇ ਸਿੱਖਿਆ ਨਾ ਜਿਹੜਾ ਕਲਾਇੰਟ ਕਹਿੰਦੇ ਆਸਤਾ ਆਸਤਾ ਹੋਰ ਵੀ ਸਿੱਖ ਜਾਏਗਾ ਇਹ ਵੀ ਡਾਇਰੈਕਟਰ ਦੀ ਮਿਹਰਬਾਨੀ ਉਹਨੇ 3 ਘੰਟੇ ਲਾ ਕੇ ਸਿਖਾਇਆ ਗੱਲ ਕਰ ਹਾਂਜੀ ਜੀ ਮੈਂ ਕੇਸ ਕਰਾਣਾ ਹੈ ਅੱਲਾ ਫੜ ਮੈਨੂੰ ਦਾਈ ਸਮਝ ਲਿਆ ਹੂੰ ਮੈਂ ਮੁੰਚੀ ਅੱਬਾ ਜੀ ਉਹ ਕੇਸ ਕਰਨ ਲੱਗ ਪਿਆ ਉਹ ਤੇਰੀ ਭੈਣ ਨੂੰ ਤੇਰੀ ਮਾਂ ਨੂੰ ਇਸ ਕੰਮ 'ਚ ਕੁਛ ਲੱਭਿਆ ਸੀ ਮੈਨੂੰ ਦੱਸ ਅੱਬਾ ਜੀ ਖਲੋਏ ਪੁੱਛ ਤੇ ਲਈ ਉਹ ਕੇਸ ਕਰਨ ਲਈ ਦਸਤਾਨੇ ਵੀ ਰੱਖੇ ਜਾਉਂ ਜੀ ਰੋਟੀ ਖਾ ਲੈ ਨਾ ਆ ਗਿਆ ਅੱਬਾ ਜੀ ਉਹ ਕੇਸ ਨਹੀਂ ਕਿਹੜਾ ਮੈਂ ਮੁੰਡੇ ਤੇ ਕੇਸ ਕਰਾਣਾ ਹੈ ਕਿਹੜੇ ਮੁੰਡੇ ਤੇ ਕੇਸ ਕਰਾਣਾ ਮੈਂ ਪਿਆਰ ਕਰਦਾ ਸੀ ਮੈਨੂੰ ਛੱਡ ਕੇ ਭੱਜ ਗਿਆ ਛੱਡ ਕੇ ਭੱਜ ਗਿਆ ਆਹੋ ਮੁੰਡਾ ਵਸਾਇਆ ਸੀ ਬਹੁਤ ਸੋਹਣਾ ਕਿਹਦਾ ਸੀ ਮੈਂ ਬੁੜੀ ਨਹੀਂ ਵਸਾਉਂਦਾ ਜੀ ਜਿੱਦਾ ਜਵਾਨ ਅੱਛਾ ਹਾਂ ਉੱਚਾ ਲੰਮਾ ਸੀ ਉੱਚਾ ਲੰਮਾ ਸੀ ਜਵਾਨ ਅੱਛਾ ਹਲਕਾ ਜਿਹਾ ਲੰਗੜਾ ਸੀ ਹਾਂ ਬਹੁਤ ਅੱਛੇ ਇਹ ਅੱਬਾ ਜੀ ਲੰਗੜਾ ਕਿਵੇਂ ਹੋਇਆ ਇਹ ਕੰਜਰ ਹਰ ਕੰਮ 'ਚ ਲੱਤ ਦੇ ਦਿੰਦਾ ਸੀ ਇਹ ਭਾਈ ਜੀ ਤੁਸੀਂ ਕਿਵੇਂ ਲੰਗੜਾ ਹੋਏ ਹੋ ਪਹਿਲਾਂ ਮੈਂ ਚੌਂਸਾ ਸੀ ਉਹ ਡਰਾਮੇ ਦੇ ਕੁੜੀਆਂ ਨੇ ਚੂਪ ਚੂਪ ਕੇ ਲੰਗੜਾ ਕਰਤਾ ਆਪਣੀ ਬੁੱਢੀ ਦੀ ਛਾਪੀ ਕਰਨ ਗਿਆ ਮਨਿਆਰੀ ਵਾਲੀ ਦੁਕਾਨ ਤੇ ਜਾ ਕੇ ਨਾ ਬਨੈਣ ਦੇ ਦਿਓ ਉਹਨੂੰ ਆਖਾ ਸੈਦ ਦਿਓ ਕਹਿੰਦਾ ਸੈਦ ਦਾ ਨੀ ਪਤਾ ਮੁੱਠਾਂ ਭਰੀਆਂ ਜਾਂਦੀਆਂ ਅੱਜ ਉਹਨੂੰ ਛੇੜਨਾ ਨੀ ਅੱਜ ਉਹਦੀ ਕਿਸਮਤ ਜਾਗੀ ਹੈ ਅੱਛਾ ਜੀ ਉਹਨੂੰ ਅੱਜ ਰੂੜੀ ਚੋਂ ਸਹੀ ਜੂਸ ਲੱਭਿਆ ਮੈਂ ਕੁੜੀ ਫਸਾ ਕੇ ਬੰਦੇ ਨੇ ਸੌ ਜਾਣਾ ਤੂੰ ਤਾਂ ਮੇਰਾ ਹੈ ਹੀ ਨੀ ਮੈਂ ਤੇਰਾ ਡੀਐਨਏ ਕਰਾਇਆ ਨਾ ਤਾਂ ਪੂਰਾ ਜੋਗੀ ਚੌਕ ਤੇਰੀ ਵਲਦੀ ਚ ਨਿਕਲਣਾ ਵਿੱਚ ਸਾਡੇ ਤਾਂ ਵੀ ਪਰਚਾ ਹੋ ਜਾਣਾ ਅੱਬਾ ਜੀ ਇਹਦੇ ਚ ਮੇਰਾ ਤੇ ਕੋਈ ਕਸੂਰ ਨਹੀਂ ਆਪੀ ਤੁਸੀਂ ਸਾਡੀ ਮਾਂ ਨਾਲ ਕੰਪਰੋਮਾਈਜ਼ ਕਰਦੇ ਸੋ ਜੀ ਮੈਂ ਬਹੁਤ ਮਸੂਰ ਅੱਬਾ ਜੀ ਇੱਕ ਗੱਲ ਪੁੱਛਣੀ ਹੈ ਜੀ ਇਹ ਕਾਲਾ ਕਿਵੇਂ ਹੋਇਆ ਬਸ ਪੁੱਤ ਇਹਦੀ ਮਾਂ ਕਿਤੇ ਗਈ ਵੈਸਟ ਇੰਡੀਜ਼ ਟੈਸਟ ਖੇਡਣ ਅੱਛਾ ਉੱਥੇ ਟੈਸਟ ਤੇ ਹੋਇਆ ਨਹੀਂ ਕਿਤੇ ਕ੍ਰਿਸ ਗੇਲ ਆ ਕੇ ਵੰਡੇ ਖੇਡ ਗਿਆ ਉਹਦਾ ਉਹਦਾ ਹੀ ਨਾਂ ਚੱਲ ਰਿਹਾ ਜੀ ਮੈਂ ਬਹੁਤ ਮਸੂਮ ਆ ਹੈ ਜੀ ਕੀ ਹੈ ਬਹੁਤ ਮਸੂਮ ਆ ਇਹ ਫੁੱਟ ਚ ਕਿੰਨੇ ਇੰਚ ਹੁੰਦੇ ਜੀ 12 ਤੈਨੂੰ ਤੇ ਇੰਚ ਦਾ ਪਤਾ ਤੂੰ ਕਾਦੀ ਮਸੂਮ ਹੈ ਆ ਮਸੂਮ ਤੇ ਇਹਨਾਂ ਦੀਆਂ ਨੇ ਕੇ ਜਿਹੜੀਆਂ ਫੁੱਟ ਨੂੰ ਵੀ ਇੰਚੀ ਸਮਝੀ ਹੁੰਦੀਆਂ ਉਹਦਾ ਕੇਸ ਕਰਦੇ ਅੱਛਾ ਜੀ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਮ ਬਿਜਲੀ ਕੀ ਨਾਂ ਬਿਜਲੀ ਉੱਠ ਤੇਰੀ ਭੈਣ ਨੂੰ ਤੇਰੀ ਨੂੰ ਕੀ ਹੋਇਆ ਇਹ ਘੰਟੇ ਘੰਟੇ ਬਾਅਦ ਜਾਣੀ ਕਿੱਥੇ ਤੂੰ ਇਹ ਤੇਰੀ ਭੈਣ ਦਾ ਸਾਹ ਕਢਾਣ ਜਾਂਦੀ ਅੱਛਾ ਦਫ਼ਤਰ ਤੇ ਲੱਗੀ ਹੋਣੀ ਹੈ ਆਪਣੀ ਵਾਲੀ ਦਫ਼ਤਰ ਤੇ ਲਵਾ ਲਈ ਆ ਤੁਸੀਂ ਬਿਜਲੀ ਹੋ ਜੀ ਜੀ ਮੈਨੂੰ ਮਿਲੋ ਜੀ ਤੁਸੀਂ ਕੌਣ ਖੰਬਾ ਉਹ ਤੂੰ ਖੰਬਾ ਹੈ ਕੱਲ 4 ਬੰਦੇ ਤੇਰੇ ਤੇ ਚੜੇ ਸਨ ਮੈਂ ਕਿਹਾ ਜੇ ਹੁਕ ਤੇ ਸੀ ਕਰਨੀ ਹੋਵੇ ਹਾਂ ਜੀ ਤੇ ਕਿੱਥੇ ਉਂਗਲਾਂ ਤੁਰਨੀਆਂ ਚਾਹੀਦੀਆਂ ਤੇ ਜਰਾ ਕਿ ਟ੍ਰਾਂਸਫਾਰਮ ਨੂੰ ਹੱਥ ਪਾਓ ਟ੍ਰਾਂਸਫਾਰਮ ਵੀ ਫੁੱਟਿਆ ਪਿੱਛੇ ਇਹਨਾਂ ਦੀ ਢੀਜ ਉਂਗਲਾਂ ਦੇ ਕਿਉਂ ਲੈ ਦੱਸ ਕਿਉਂ ਬੀਜ ਮੈਂ ਕਿਹਾ ਬਿਜਲੀ ਹੈ ਜੀ ਇਹ ਬਿਜਲੀ ਪਾਕ ਹੁੰਦੀ ਨਾ ਪਾਕ ਜੀ ਪਾਕ ਹੁੰਦੀ ਹੈ ਤੇ ਬਾਪਟਨ ਦਸਤਾਨੇ ਕੋ ਚਾੜੇ ਹੁੰਦੇ ਨੇ ਅੱਛਾ ਉਹਨੂੰ ਨੰਗੀ ਫੜਨੀ ਹੁੰਦੀ ਓਏ ਉਹਨਾਂ ਨੇ ਬਿਜਲੀ ਫੜਨੀ ਹੁੰਦੀ ਤੇਰੀ ਭੈਣ ਨਸਰੀਨ ਨੇ ਮੈਂ ਕਿਹਾ ਬਿਜਲੀ ਹੈ ਜੀ ਸਾਡੇ ਇੱਕ ਜ਼ੀਰੋ ਦਾ ਬੱਲਬ ਵੀ ਪਾਲ ਦੇ ਅੱਲਾ ਫੜ ਤੋਰ ਫਿੜੇ ਮੂੰ ਤੇਰੇ ਕਲਰ ਤੇ ਤੇਰੇ ਰੰਗ ਤੇ ਫਿੜੇ ਮੂੰ ਉਹ ਐਡਾ ਵੱਡਾ ਭਾਈ ਤੇ ਬੱਲਬ ਜ਼ੀਰੋ ਦਾ ਇਹ ਹੈ 500 ਬਾੜ ਦਾ ਸੀ ਅੱਛਾ ਤੁਹਾਡੀਆਂ ਬੱਚੀਆਂ ਨੇ ਬਾਲਿਆ ਬਹੁਤ ਐਡਾ ਕਰ ਗਿਆ ਤਦੇ ਹੀ ਨਾ 5 ਕਿਲੋ ਖੀਰੇ ਲੈ ਘਰ ਗਿਆ ਸ਼ਾਪਰ ਬੁੱਢੀ ਦੇ ਕਦਮਾਂ 'ਚ ਰੱਖਿਆ ਉਹ ਸ਼ਾਪਰ ਵੇਖ ਕੇ ਕਹਿੰਦੀ ਤੁਸੀਂ ਕਿਤਲੇ ਟੁਰ ਚੱਲੇ ਹੋ ਉਹਨਾਂ ਸਵੇਰੇ 9 ਵਜੇ ਜੋਗੀ ਚੌਕ ਆ ਜਿਓ ਕਿਉਂ ਜੀ ਮੈਂ ਤੈਨੂੰ ਅੱਗ ਲਾ ਕੇ ਇਤਿਆਜ ਕਰਨਾ ਮੈਂ ਕਾਕਾ ਤੇਰਾ ਕੰਮ ਲਾਪੇ ਕੀ ਆ ਬਾਈ ਗਵਾਂਢੀ ਬੁਲਾਉਂਦਾ ਏ ਕਾਹਦੇ ਵਾਸਤੇ ਕਹਿੰਦੇ ਸਾਡਾ ਗੱਟਰ ਫਸ ਗਿਆ ਤੇ ਪੈਪ ਥਾਣੀ ਲੰਘ ਕੇ ਉਹਨੂੰ ਕਹ ਖੋਲ ਦੇ ਜਾ
जवान हो गई है ऐसी की फराड करना मैं हराम की कमाई नहीं रखनी तैयार रख ला जुए मेरा ना डोबता गंदी लाते पहले तो तेन बड़िया सलामिया करके लोग लंघ दे शुक्र कर तेरे घर जम पिया नहीं ते मलकां गल होण डई सी तू पुत मेरे को रिटायरमेंट ला ला तो उथे जम ला जा उथे जम ला मारी जाना खैर सवेरे ना नाश्ता दिना ना रात नूं रोटी दिना जायदाद ते सब बण के बैठा एक करोड़ां दी जायदाद चो रुपया भी नहीं मैं देना तैनूं आ करोड़ां दी आ ओए करोड़ां दी नीयां कच्चियां ये काम क्यों नहीं करदा तुसीं काम केड़ा करिए काम जिथे डाकू चढ़ते मैं उतर जाना हो 300 दिहाड़ी है गोली खा ला जिन्नी देर तक अपनी भैन ते व्याह दा नहीं ना सोच लेंदे तेरा खर्चा भी बंद ते रोटी भी बंद भैन दा व्याह ते हो ही जाना सानू किना लेना साडे व्याह कर पहले हां तेरा व्याह पहले जवान ते हो जाओ साडे नाल सौं के वेख ला गिटका पड़िया जान फ्रूट कटिया हो सत रंग का गुआंढी कह पखे की तार साडे वालों लाउणी साडा भी दिल करता मेरा आधा नक तो तेरे जमन ना ही कटिया गया भी एक ही जम बैठा जिदन तू जमया ना मेनु मल्या ने लामा दिता उन्हें कहा भाजी जे चवला जमनी है तो घर कितने होर ले लो अच्छा ये चवला अच्छा वो तो चवल मार ली आ कड़ा अजे सक्सैना जमया शेपा करी दे तेरा मुंह ना कसाईयां दी दुकान ते नाल दी सिरियां पईयां होंदियां अच्छा जी उच्चिया किन्ने दी 80 रुपए दी 50 लाल नहीं देनी उत्थे पेले
ਤੇਰੀ ਵਜ੍ਹਾ ਤੋਂ ਸ਼ਰਮਿੰਦਾ ਫਿਰਨ ਡਏ ਆਂ ਸੀ। ਪੁੱਤ ਤੂੰ ਮੇਰੇ ਕੋਲ ਅਗਲੇ 2 ਮਹੀਨੇ ਦਾ ਵੀ ਖਰਚਾ ਲੈ ਲਾ। ਹਾਂ ਤੇ ਕਿਤੇ ਆਪਣਾ ਅਸਲ ਪਿਓ ਲੱਭ ਲਾ। ਤੂੰ ਸਾਡਾ ਅਸਲ ਨਹੀਂਗਾ। ਕਾਗਜ਼ ਚੈੱਕ ਕਰਾ ਲਾ ਖਰੇ ਕਿਹਦਾ ਕਿਹਦਾ ਨਾਂ ਲਿਖਿਆ ਹੈ। ਇਹਦਾ ਕਿਹਦਾ ਤੇ ਪਹਿਲੇ ਟਾਈਮ ਨਾਲ ਘਰ ਆ ਜਾਣਾ ਸੀ। ਆਬਾ ਜੀ ਉਦੋਂ ਮਰਬੇ ਸੁੱਤਾ ਰਹਿੰਦਾ ਸੀ। ਸਾਰਿਆਂ ਦੇ ਪਿਓ ਦੀ ਵਜ੍ਹਾ ਨਾਲ ਤੂੰ ਸ਼ਤਾਨੂ ਸ਼ਰਮਿੰਦਾ ਕੀਤਾ। ਕੀ ਹੋਇਆ? ਬਾਕੀ ਅਲਿਆਕਤ ਨਹੀਂ ਚੋਲ ਲਾਉਂਦਾ ਦੋਸਤ ਆਪਣਾ। ਉਹਦਾ ਮੈਂ ਪਿਓ ਵੇਖਿਆ ਚੰਗਾ ਬੜਾ ਸਿਹਤਮੰਦ ਐ, ਡੇਢ ਡੋਲਾ 9-9 ਇੰਚ ਦਾ। ਆਬਾ ਵੇਖ ਸਾਡਾ ਹਸਪਤਾਲ ਮਰੀਜ਼ ਦਾ ਪਤਾ ਲੈਣ ਕੇ ਉਹਨਾਂ ਨੇ ਉਹਨੂੰ ਛੁੱਟੀ ਦਿੱਤੀ, ਇਹਨੂੰ ਦਾਖਲ ਕਰ ਲਿਆ। ਐਡਾ ਕਮਜ਼ੋਰ ਨਿਕਸ਼ ਮਾਰੀ ਤੇ ਸਲਵਾਰ ਉੱਤਰ ਗਈ। ਇਹਨਾਂ ਕਹੀ ਗਈ ਉਹ ਕਮਜ਼ੋਰੀ ਕੋ ਦਵਾਈ ਦਵਾਈ ਖਾ। ਇਸ ਕੰਦੇ ਨੇ ਵੀ ਕੱਲ ਨਿਕਸ਼ ਮਾਰੀ ਆ। ਹਾਂ ਇਹ ਵੀ ਸਲਵਾਰ ਡਿੱਗ ਪਈ। ਉਹ ਕੋ ਸ਼ਰਮਿੰਦਾ ਨਹੀਂ ਹੋਇਆ? ਚੋਕੇ ਕਹਿੰਦਾ ਯਾਦ ਕਰਨ ਵਾਲੇ ਅੱਜ ਤਾਂ ਹੱਦ ਹੀ ਕਰਤੀ ਆ। ਅੱਜ ਜਦੋਂ ਪੈਸੇ ਨਹੀਂ ਦੇਣੇ ਤੇ ਉਂਝ ਹੀ ਆ ਸੁਹਾਗ ਰਾਤ ਨੂੰ ਆਪਣੀ ਮਾਂ ਦਾ ਘੁੰਡ ਚੁੱਕ। ਵਾਲੇਕੁਮ ਸਲਾਮ, ਕੀ ਹਾਲ ਹੈ? ਮੈਂ ਠੀਕ, ਤੁਸੀਂ ਸੁਣਾਓ? ਨੇਕ ਹੋ ਜੋ, ਨੇਕ ਹੋ ਜੋ, ਨਾ ਘੂਰੀਆਂ ਪਾਓ, ਨੇਕ ਹੋ ਜੋ। ਇਹਨਾਂ ਔਰਤਾਂ ਪਿੱਛੇ ਕੁਛ ਨਹੀਂ ਰੱਖਿਆ, ਅੱਲਾ ਨੇ ਗੱਡੀਆਂ ਦਿੱਤੀਆਂ, ਝੂਟੋ ਮਜ਼ੇ ਲਓ, ਮਰੀ ਦੀ ਸੈਲ ਕਰੋ। ਇੱਧਰ 2 ਚੱਕਰ ਲੱਗਣੇ, ਫਿਰ ਉਸੇ ਸ਼ੋਰੂਮ ਅੱਗੇ ਕਹਿਣਾ ਇੱਥੋਂ ਮੈਂ ਲਈ ਸੀ, ਇੱਥੋਂ ਮੈਂ ਲਈ ਸੀ, ਇੱਥੋਂ ਮੈਂ ਲਈ ਸੀ। ਇਹਨਾਂ ਦਾ ਕੱਖ ਨਹੀਂ ਜਾਂਦਾ। ਛੀਦਿਆ ਤੂੰ ਮਰ ਗਿਆ, ਮੀਦਿਆ ਤੂੰ ਆਇਆ। ਸਲਾਮੁਅਲੈਕਮ। ਵਾਲੇਕੁਮ ਅਸਲਾਮ, ਕੀ ਹਾਲ ਚਾਲ ਹੈ? ਮੈਂ ਠੀਕ, ਤੁਸੀਂ ਸੁਣਾਓ? ਕਿੱਧਰ ਆਏ ਹੋ? ਮੈਂ ਬਹੁਤ ਪਰੇਸ਼ਾਨ ਹਾਂ। ਛੱਡਦੇ ਨਹੀਂ ਡਿੱਗਦੇ? ਅੱਛਾ ਤੂੰ ਦੇਖਦਾ ਨਹੀਂ, ਪਰੇਸ਼ਾਨੀ ਕੀ ਹੈ? ਮੈਂ ਗਰੀਬਾਂ ਦੀ ਮਦਦ ਕਰਨਾ ਚਾਹੁੰਦੀ ਹਾਂ। ਹਾਂਜੀ, ਗਰੀਬਾਂ ਦੀ ਮਦਦ ਕਰਨਾ ਚਾਹੁੰਦੀ ਹਾਂ। ਆਇਓ, ਸਾਡੇ ਤੋਂ ਵੱਡਾ ਕਿਹੜਾ ਗਰੀਬ ਆ? ਅਸੀਂ ਤਾਂ ਈਦ 'ਤੇ ਵੀ ਨਹੀਂ ਸਿਰੀ ਸੁਰੀ ਖਾਧੀ। ਕਿਹੜੇ ਗਰੀਬੀ ਹੈ ਤੇਰੇ 'ਤੇ ਜਾਂ ਗਰੀਬਾਂ ਦੀ ਮਦਦ ਕਰ ਰਹੀ? ਗਰੀਬਾਂ ਦੀ ਮਦਦ ਕਰਦੀ ਪਈ। ਕਿਸ ਲਿਹਾਜ਼ ਨਾਲ? ਮੈਨੂੰ ਪੈਸੇ ਚਾਹੀਦੇ ਆ ਕੁਛ। ਕਿੰਨੇ? 2 ਲੱਖ ਰੁਪਇਆ। ਸਿਆਣਿਆਂ ਦੀ ਮਿਸਾਲ ਨਹੀਂ ਸੁਣੀ? ਕੀ ਮੰਗਣ ਵਾਲਿਆਂ ਕੋਲੋਂ ਮੰਗਣਾ ਲਾਹਨਤੀਆਂ ਦਾ ਕੰਮ ਆ। 2 ਲੱਖ ਰੁਪਈਆ ਤਾਂ ਇੰਜ ਕਹਿ ਦਿੱਤਾ, ਮੈਂ ਆਪਣੀ ਮਾਂ ਦਾ ਗੁਰਦਾ ਵੇਚ ਕੇ ਦੇਣਾ? ਸਾਨੂੰ ਪਤਾ ਨਹੀਂ 700 ਰੁਪਈਆ ਆਪਾਂ ਕਿਵੇਂ ਦਿੰਦਾ ਹਫ਼ਤੇ ਦਾ, 100 ਰੁਪਈਆ ਡੇਲੀ। ਤੈਨੂੰ ਜ਼ਰੂਰਤ ਕੀ? ਪਹਿਲੇ ਕੀ ਕਿਹਾ? 1 ਮਿੰਟ ਚੜ ਗਈ ਉਰਦੂ ਮਸਲੀਆਂ ਦੇ ਹੱਥ। ਅੱਲਾ ਦੀ ਸ਼ਾਹ, ਹੱਥ ਕਿਹਨੂੰ ਲਾਉਣਾ? ਇਹਨੂੰ ਲਾਓ। ਆਓ ਜੀ, ਇਹ ਕੀ ਹੈ? ਇਹ ਨਵੀਂ ਹੀਰਾ ਮੰਡੀ ਬਣ ਰਹੀ ਹੈ, ਸੰਗੇ ਬੁਨਿਆਦ ਰੱਖਣੀ ਹੈ। ਘਰ ਆਇਆ ਕਿ ਇਹ ਵੀ ਵੇਖ ਲਿਆ ਕਰੋ, ਸ਼ਰਮ ਕਰਿਆ ਕਰੋ, ਪਿਓ ਨੇ ਤੈਨੂੰ ਸਿਰ ਤੇ ਚੜਾ ਲਿਆ। ਅੱਛਾ ਜੀ, ਕੀ ਮਦਦ ਕਰਦੇ ਹੋ ਜੀ? ਮੈਂ ਗਰੀਬਾਂ ਦੀ ਮਦਦ ਕਰ। ਉੱਚੀ ਬੋਲ, ਬੋਰੀ ਥੱਲੇ ਹੀ ਹੋ, ਪਿੱਛੇ ਵੀ ਆਵਾਜ਼ ਜਾਣੀ ਚਾਹੀਦੀ। ਪਿੱਛੇ ਆਵਾਜ਼ ਆਉਂਦੀ? ਥੋੜ੍ਹਾ ਜਿਹਾ ਹੋਰ ਪਿੱਛੇ ਹੋ ਜੇ, ਨਹੀਂ ਹੋ ਜੀ। 700 ਦੀ ਟਿਕਟ ਲੈ ਲਈ ਤੇ ਕੰਨ ਸਾਫ਼ ਨਹੀਂ ਕਰਾਏ। ਸ਼ਾਦੀ ਹੋਈ ਤੁਹਾਡੀ? ਨਹੀਂ। ਕੋਈ ਫੰਨੀ ਖਰਾਬੀ 'ਚ ਡਿੱਗ ਪੈਂਦੀ, ਜੇ ਚੌਥਾ ਲਾਈਏ ਥੱਲੋਂ ਨਿਕਲਦੀ, ਜਾਂ ਪੁਲ 'ਤੇ ਚੜ੍ਹਦੀ ਪਟਾਕੇ ਮਾਰਦੀ? ਜਿਹੜੀ ਕੁੜੀ ਨੂੰ ਪੁੱਛ ਲਓ ਅਨ ਟੱਚ 0 ਮੀਟਰ, ਇਹਨਾਂ ਦੇ ਘਰ ਚਲ ਜਾਓ। ਤਲਾਕਾਂ ਇੰਨੀ ਚੰਗੀਆਂ ਜਿਵੇਂ ਬਿਜਲੀ ਦੇ ਬਿੱਲ ਟੰਗੇ ਆ। ਸ਼ਾਦੀ ਕਿਉਂ ਨਹੀਂ ਕਰਾਉਂਦੇ ਪਏ? ਜਿਹੜੇ ਕੰਮ ਹੈ ਕਰਾ ਕੇ ਜਾਓ। ਲੇਕਿਨ ਮੈਂ ਗਰੀਬਾਂ ਦੀ ਮਦਦ ਕਰਨਾ ਚਾਹੁੰਦੀ ਹਾਂ ਨਾ। 2 ਲੱਖ ਕੀ ਮਦਦ? ਨਾਂ ਕੀ ਤੇਰਾ? ਬਿੱਲੀ। ਬਿੱਲੀਏ, ਮੈਨੂੰ ਕਬੂਤਰ ਕਹਿੰਦੇ ਨੇ, ਮੈਨੂੰ ਝਾੜੀਆਂ 'ਚ ਲੈ ਜਾ, ਮੈਨੂੰ ਨੌਂਦਰਾ ਮਾਰ, ਮੇਰੇ ਪੰਗ ਖਵਾਰ, ਮੇਰਾ ਕਚੂੰਬੜ ਕੱਢ। ਬਿੱਲੀ ਕਾਹਦੀ ਤੂੰ ਬਿੱਲੀ ਆ? ਹੈਂ? ਅੱਛਾ ਅੱਬਾ ਜੀ ਇੱਥੇ ਆਉਣਾ ਨਾ। ਅੱਛਾ ਤੇ ਕਹਿਣਾ ਕਿ ਮੈਂ ਉਹਨਾਂ ਪਿਆਰ ਕਰਦੀ ਹਾਂ। ਅੱਛਾ ਤੇ ਕੁੜੀਆਂ ਹੀ ਬੁਲਾਈ ਜਾਂਦੇ ਹੋ, 100 ਰੁਪਏ ਦਾ ਵੀ ਪਵਾ ਲਓ। ਵਧੀਕ ਹੀ ਹੋ ਗਿਆ ਅੱਬਾ, ਅੱਜ ਕੁੜੀ ਆਪਣੇ ਪੁੱਤਰ ਕੋਲੋਂ ਵੇਖ ਕੇ। ਅੱਜ ਜਦੋਂ ਮੈਂ ਖੁਸਰਾ ਲਿਆਉਂਦਾ ਸੀ ਪਹਿਲੀ ਵਾਰੀ ਤੈਨੂੰ ਦਿੰਦਾ ਸੀ। ਅੱਛਾ ਬੰਦਿਆ ਬੱਚਿਆ, ਅੱਜ ਵਧੀਕ ਹੋ ਗਏ, ਉੱਤੋਂ ਹੀ ਆ ਗਏ। ਚਾਚਾ ਜੀ ਤਾਂ ਸ਼ੀਸ਼ਾ ਲਿਆ ਕੇ ਤੇ ਵਾਕੇ ਤਾਂ ਨਹੀਂ ਚਾਚੇ ਨੇ ਸ਼ਕਲ ਮਿਲਦੀ? ਬੇਬਾ ਜਵਾਨ ਤੇਰੀ ਲਾ ਦੇ ਤੇ ਇੰਜ ਹੀ ਹੋਣਾ। ਬੇੜਾ ਗਰਕ ਹੋਵੇਗਾ ਡਾਇਰੈਕਟਰ ਤਾਂ ਜਿੰਨੀਆਂ ਹੈ ਨਾ ਪਿੱਛੇ, ਸਾਰੀਆਂ ਕੋ ਭਤੀਜੀਆਂ ਬਣਾਤੀਆਂ, ਕੋ ਧੀਆਂ ਬਣਾਤੀਆਂ। ਦੱਸ ਤੇ ਹੋਰ ਤੈਨੂੰ ਡਰਾਮੇ 'ਚ ਵਹੀਦ ਬਣਾ ਲਿਆ? ਮੈਂ ਬਹੁਤ ਪਰੇਸ਼ਾਨ ਹਾਂ ਜੀ, ਮੈਂ ਬਹੁਤ ਪਰੇਸ਼ਾਨ ਹਾਂ। ਸਾਡੇ ਮੂੰਹ ਤੇ ਕਿਹੜਾ ਖੁਸ਼ਹਾਲੀ ਦੇ ਝੰਡੇ ਲੱਗੇ ਆ, ਅਸੀਂ ਤੇਰੇ ਨਾਲ ਬਹੁਤੇ ਪਰੇਸ਼ਾਨ ਆ। ਇਹ ਵਾਕਈ ਤੁਹਾਡਾ ਪਿਓ ਏ? ਤੇ ਹੋਰ ਕੀ, ਸ਼ਹਿਦ ਪਾਉਣ ਵਾਲੀ ਚਮਚੀ ਆ। ਇੱਧਰ ਆਇਓ, ਸਾਡਾ ਪਿਓ ਆ। ਮੈਂ ਗਰੀਬਾਂ ਦੀ ਮਦਦ ਕਰਨਾ ਚਾਹੁੰਦੀ ਹਾਂ। ਤੇ ਲਿਆ ਦਿਓ, ਕੀ ਲੈ ਦੇਣ ਆਇਆ? ਲਿਆਓ। ਹਾਂਜੀ, ਮੈਂ 2 ਲੱਖ ਰੁਪਇਆ ਚਾਹੀਦਾ ਹੈ ਤੁਹਾਨੂੰ ਸਾਡੇ ਕੋਲੋਂ। ਹਾਂਜੀ ਕਾਕੀ, ਸਾਨੂੰ ਤੇ ਇਹ ਵੀ ਨਹੀਂ ਪਤਾ ਵੀ 2 ਲੱਖ 'ਚ 100-100 ਵਾਲੇ ਕਿੰਨੇ ਹੁੰਦੇ ਆ। ਇੰਨੇ ਅਮੀਰ ਨੇ ਤੇ 2 ਕਰੋੜ ਦੀ ਜੇ ਕੋਠੀ ਦੀ ਆ। ਹਾਂਜੀ ਤੇ ਸਾਨੂੰ ਦੇਣੇ ਤੇ ਦੇ ਤੇ, ਅਸੀਂ ਤੇ ਕਿੱਥੇ ਦੇਣਾ? ਤੈਨੂੰ ਕਿਹਨੇ ਦੱਸਤਾ ਵੀ ਇੱਥੇ ਮਿਲਦਾ? ਅੱਬਾ ਤੂੰ ਚਾਹੁੰਦਾ ਨਾ ਕਿ ਤੈਨੂੰ ਕੋਈ ਹੱਥਾਂ 'ਚ ਪੈਸੇ ਫੜਾਵੇ? ਹਾਂ ਬੱਚਿਆ, ਤੇ ਬਾਹਰ ਸੜਕ ਤੇ ਕਿਸੇ ਟਰੱਕ 'ਚ ਵੱਜ ਜ਼ਖਮੀ ਸਮਝ ਕੇ ਤੈਨੂੰ ਦੇ ਦੇਣਗੇ। ਮੈਂ ਤੈਨੂੰ ਕੀ ਕਹਾਂ, ਤੂੰ ਮੇਰਾ ਪੁੱਤਰ ਬਣਿਆ ਨਹੀਂ ਤੇ ਮੈਂ ਤੇਰੀ ਉਹ ਭੈਣ ਕਰਨੀ ਸੀ ਜਿਹੜੀ ਹਜੇ ਛੇਲੇ ਗਿਆ। ਅੱਬਾ
ਜਾ ਕਰਿਆ ਕਰ ਕਾਕੀ ਇਹ ਤੇਰੀ ਹੋਣ ਵਾਲੀ ਨੋ ਆ ਮੈਂ ਪਿਆਰ ਕਰਦੀ ਆ ਇਹ ਤੇਰੀ ਹੋਣ ਵਾਲੀ ਆ ਪਰ ਨੋ ਆ ਓ ਨੋ ਇਹ ਨੋ ਆ ਪਿਆਰ ਦੇ ਨੂੰ ਤੂੰ ਫੇ ਸੁਣਿਆ ਨਹੀਂ ਇਹ ਕਿ ਨੋਵਾ ਤੋਂ ਮਾਸ ਕਦੀ ਜੁਦਾ ਨਹੀਂ ਹੁੰਦਾ ਅੱਬਾ ਤੂੰ ਉਹ ਮਾਸ ਆ ਜਿਹੜਾ ਨਾਈ ਬਚਪਨ ਚ ਲਾ ਕੇ ਸਿੜਦਾ ਟੱਕ ਅਮਲ ਅਨਵਰ ਅਨਵਰ ਨਚਾਈ ਜਾਂ ਸਾਰੀਆਂ ਦੋ ਦੁੱਖ ਚ ਤੂੰ ਨਹੀਂ ਜਾਣੀ ਆ ਅੱਬੂ ਨੂੰ ਕਿਉਂ ਮਾਰਨਾ ਪਿਆ ਹੁੰਦਾ ਹੋਇਆ ਕੀ ਉਹ ਹੋਇਆ ਕੀ ਹੈ ਹੋਇਆ ਕੀ ਹੈ ਭਾਈ ਉਹ ਹੋਇਆ ਕੀ ਹੈ ਤੁਸੀਂ ਕੁਝ ਨਹੀਂ ਕਰਨਾ ਤੇ ਨਿਕਲ ਜਾਓ ਉਹ ਕੀ ਕਰੀਏ ਕੀ ਬਸ ਮੈਂ ਤੁਹਾਨੂੰ ਕਹਿੰਦਾ ਸਭ ਕੁਝ ਬੰਦ ਖਰਚਾ ਬੰਦ ਜਿਹੜਾ ਜਿੰਨੀ ਦੇਰ ਤੱਕ ਆਪਣੀ ਭੈਣ ਦਾ ਲਾੜਾ ਨਹੀਂ ਆਉਂਦੇ ਕੀ ਲਿਆਉਣਾ ਲਾੜਾ ਲੱਗ ਲਿਆ ਅਸੀਂ ਹਾਂ ਤੇ ਤੈਨੂੰ ਕੀ ਫਾਲੇ ਜੋ ਹੋਇਆ ਤੂੰ ਚੱਲ ਜਾ ਤੁਸੀਂ ਭਰਾ ਨਹੀਂ ਤੇ ਭਰਾਵਾਂ ਦਾ ਕੰਮ ਲਾੜਾ ਲੱਭਣਾ ਹਾਂ ਉਹਦੇ ਰਿਸ਼ਤਾ ਲੱਭ ਕੇ ਲਿਆਓ ਚੰਗਾ ਜਿਹਾ ਰਿਸ਼ਤਾ ਦੀ ਗੱਲ ਨਹੀਂ ਹਾਂ ਉਹਨੀ ਦੇਰ ਤੱਕ ਘਰ ਚ ਨਹੀਂ ਬੰਨਾ ਬਦਾਂ ਦੱਸਦਾ ਆਪਾਂ ਘਰ ਚ ਸਿਆਣਾ ਤੂੰ ਹਣ ਹਾਂ ਪਿਓ ਸਾਡਾ ਤੂੰ ਹਣ ਹਾਂ ਧੀ ਤੇਰੀ ਜਵਾਨ ਹਣ ਬਿਲਕੁਲ ਤੇ ਆਪ ਹਿੰਮਤ ਕਰ ਜਾ ਅਸੀਂ ਕਦੇ ਕੰਮ ਕੀਤਾ ਜ਼ਿੰਦਗੀ ਚ ਆਵੇਂ ਕਿਤੇ ਖੜੀ ਟਰਾਲੀ ਥੱਲੇ ਨਿਕਲ ਜਾ ਕਿੰਨੇ ਸਾਲ ਹੋ ਗਏ ਕੰਮ ਨਹੀਂ ਕੀਤਾ ਸੀ ਉਹ ਕਹਿੰਦਾ ਜਦੋਂ ਤੇ ਜੰਮੇ ਮੈਂ ਨਹੀਂ ਵੇਖਿਆ ਕਿਤੇ ਕੀਤਾ ਹੋਵੇ ਚਾਰ ਸਾਲ ਹੋਰ ਵੇਖ ਲੈ ਜੇ ਨਾ ਕੀਤਾ ਨਾ ਤੇ ਘਰੋਂ ਕੱਢ ਦੀ ਤੂੰ ਹੁਣੇ ਚੱਲ ਜਾ ਮੈਂ ਜਿੱਥੇ 4 ਸਾਲ ਇੰਤਜ਼ਾਰ ਕਰਨਾ ਆਪਾਂ ਕਿਉਂ ਰਿਸ਼ਤਾ ਕਿ ਕਿਤੇ ਲੈਣਾ ਸੋਣਾ ਜਾਵੇ ਸੁਨੱਖਾ ਜਾਵੇ ਚਲੋ ਜਾਓ ਯਾਨੀ ਕਿ ਅਸੀਂ ਰਿਸ਼ਤਾ ਲੈਣਾ ਆਪਣੀ ਭੈਣ ਵਾਸਤੇ ਫਿਰ ਜਾਇਦਾ ਚੋ ਹਿੱਸਾ ਵੀ ਮਿਲੇਗਾ ਇਹ ਹਿੱਸਾ ਵੀ ਮਿਲੇਗਾ ਫਿਰ ਮੈਂ ਤੁਹਾਡੀ ਸ਼ਾਦੀਆਂ ਵੀ ਕਰਾਂਗਾ ਅੱਛਾ ਹਾਂ ਅੱਬਾ ਮੇਰਾ ਵੀ ਵਿਆਹ ਹੋਏਗਾ ਤੇਰਾ ਵੀ ਕਰਾਂਗਾ ਤੇ ਉਹਦਾ ਵੀ ਕਰਾਂਗਾ ਓ ਜੀ ਅੱਬਾ ਏ ਓ ਜੀ ਓਏ ਲਾਲਾ ਜੀ ਤੂੰ ਤੇਰਾ ਅੱਬਾ ਸਾਡੇ ਵਿਆਹ ਕਰ ਦੇ ਤੇਰੀ ਮਿਹਰਬਾਨੀ ਸਾਡੀਆਂ ਕਿੰਨੀਆਂ ਕਿੰਨੀਆਂ ਉਮਰਾਂ ਹੋ ਗਈਆਂ ਇਹ ਨਾ ਹੋਵੇ ਇੱਕ ਦਿਨ ਸਾਡੇ ਚੋਂ ਕੋਈ ਮਾਂ ਬਣਿਆ ਹੋਵੇ ਚੱਲ ਲਾਲਾ ਚਿੰਜ ਦਾ ਲੱਭਾ ਲੈ ਮੰਗੇ ਚੁੱਕ ਕੇ ਫਿਰ ਆ ਚੱਲ ਲੱਗੇ ਕੇ ਓਏ ਲੱਗੇ ਲੱਭਾ ਬੇੜਾ ਕਰ ਸਾਡਾ तेन की है मैं तो वैसे ही करन दे अच्छा चंगा सी हां चुके लो 100 बंदे दिमाग च स्टेप फसे होंदे ने ਇਸ ਸਟੈਪ ਜਿਹੜੇ ਜਿੰਨੇ ਵੀ ਸਟੈਪ ਫਸੇ ਨਾ ਤੈਨੂੰ ਸਾਡੀ ਭੈਣ ਦਾ ਸ਼ਾਦੀ ਕਰਨੀ ਪੈਣੀ ਉਹ ਵਾਸਤਾ ਜੇ ਮੈਨੂੰ ਜਾ ਲੈਂਦੇ ਹੋ ਮੇਰਾ ਨਿਕਾਹ ਹੈ ਉਹ ਨਹੀਂ ਸਾਡੀ ਭੈਣ ਨਾਲ ਨਿਕਾਹ ਕਰਨਾ ਹੈ ਇੱਧਰ ਹੀ ਆ ਜਾ ਨਹੀਂ ਤੂੰ ਨਿਕਲਣਾ ਨਹੀਂ ਨਹੀਂ ਸਾਨੂੰ ਪਤਾ ਲੱਗ ਗਿਆ ਉੱਤਰ ਆ ਮੇਰੀ ਸੁਖੋ ਤੂੰ ਇੱਥੇ ਸੁਖੋ ਸਾਡੀ ਭੈਣ ਨੂੰ ਮਿਲ ਤੈਨੂੰ ਜ਼ਿੰਦਗੀ ਦਾ ਸੁੱਖ ਹੋ ਜਾਏਗਾ ਨਕਸ਼ਾ ਦੱਸਾਂ ਨਾ ਸਾਡਾ ਜ਼ੇਨ ਤੇ ਬਣੇ ਹਾਂ ਉਧਰ ਚੱਲ ਹਾਂ ਚੱਲ ਉਧਰ ਚੱਲ ਸਾਰਾ ਦੱਸਣਾ ਭੈਣ ਦਾ ਸਾਰੇ ਦੱਸਾਂ ਇਹ ਨਾ ਇਹ ਰਿਸ਼ਤੇ ਦਾ ਇਨਕਾਰ ਹੋਈਏ ਕਰੇਗਾ ਨਹੀਂ ਆਈ ਅਸੀਂ ਦੱਸਿਆ ਨਹੀਂ ਨਾ ਫੋਟੋ ਵਾਈ ਹਾਂ ਐਡੀ ਐਡੀ ਮੋਟੀ ਮੇਰੀ ਭੈਣ ਦੀ ਅੱਖ ਹਾਂ ਰੇਸ਼ਮੀ ਵਾਲ ਹਾਏ ਹਾਏ ਹਾਏ
चांद अर्गा मथा आंखें पीली नोज तीखी होंठ गुलाब दी पत्तियां ठोटी ते दो तिल ते पैर दो तरके चिट्टे ठोटी तो एकदम पैरों ते अन्नी मार टिकटा लगे भैन पूरी पेश कर रही थे चवल का बच्चा थोड़ी जी आया चंगे भले हाजी साहब कर रहे एक मिनट पैरों से लै आनी जहां बच्चे पैर से उंज भी नहीं नजर आते हाँ जी समझे नहीं सर तुम भैन सही तरह नहीं गंगूआ साहब पेश कर रहे पूरिया क्वालिटियां भैन दी दसो आखिर तुहाडी भैन ने काम ते चढ़ना है कहते हो व्याह ते चढ़ना हाँ जी हाँ जी हाँ जी ए गर्दन अच्छा जी ए मोटे वाह ए जिंग से लो लो डोले 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 ओ की जो मत आ लाख आ चुकाठा अली जे एडा चुकाठा मैं परवला फटा लाउना उठे अपनी भैन दे बारे मेरे को नहीं अंज दसन होंदा अंदर आ मैं नहांदी वहां बुला लो फिर कोई पसंद करेगा जो उन्हें ओके तो मैं ब्याह कर जमी तू तो लगता दौड़ के बाहर आया नहीं असि मैं अमेरिका सेट हो गया ये आपका होने वाला खामन ये ऐसे क्या अल्ली जी बची है तो ताटनो भी 20 मिनट लगेगी अब्बा जी ने ड्यूटी लाई साडे ड्यूटी लाई मैडम एक्चुअली गल पता की है की? मैं शक एक मिनट ठहर जाओ एक मिनट ठहर लगता किसी का कट्टा खुल गया है मोर लगी इधर बह थोड़ा परे हो तेरी उम्र बहुत ज्यादा तेरी वो पकड़ रही नहीं होने ओ महंगा परफ्यूम लाया थोड़ा ये अंदर भी ला है देखो मैडम मैं शादी करना चाहना लेकिन मैं हां जी मैं अच्छा तुसी जिस गड्डी ते मेनू वेख्या ना आउंदे आ हां मैं हाली ओदी पहली किस्त दित्ती है अन्नी जी बच्चा तुसी इंजे प्रोटोकॉल दे रहे जे मैं कहना ला फट चाबी सारीयां किस्तां ए ला देगी ਸਾਡੀ ਭੈਣ ਨਾਲ ਤੈਨੂੰ ਸ਼ਾਦੀ ਕਰਕੇ ਜਾਣਾ ਪੈਣਾ ਤੇ ਤੇਰੀ ਮਿਹਰਬਾਨੀ ਹੈ ਕੀ ਕਿਆ ਬਾਤ ਹੈ ਕੀ ਹੋਇਆ ਪਰਸੋਂ ਮੈਂ ਇਹਦੇ ਘਰ ਗਿਆ ਇਹਦੇ ਘਰਦਿਆਂ ਨੇ ਮੈਨੂੰ ਇੰਨੀ ਇੱਜ਼ਤ ਦਿੱਤੀ ਇੰਨੀ ਇੱਜ਼ਤ ਦਿੱਤੀ ਅੱਛਾ ਜੀ ਕਿ ਮੈਨੂੰ ਲੁੱਟਣੀ ਨਹੀਂ ਪਈ ਕਿਹੜੀ ਲੁੱਟਣੀ ਆਈ ਘਰ ਸਾਡਾ ਇਹ ਸਾਡੀ ਭੈਣ ਤੇ ਵਿਆਹ ਕਰਨ ਤੋਂ ਪਹਿਲੇ ਸ਼ਰਤ ਮੇਰੀ ਇਹ ਕਿ ਸਾਡੀ ਭੈਣ ਦਾ ਹੱਥ ਉੱਤ ਨਹੀਂ ਫੜਨਾ ਮੈਂ ਗੈਰਤਮਾਨ ਦਾ ਪੰਜਾਬ ਦਾ ਤੇ ਹੱਥ ਨਹੀਂ ਫੜਨਾ ਹੱਥ ਨਹੀਂ ਫੜਨਾ ਦੂਰੋਂ ਗੱਲ ਕਰਨੀ ਹੈ ਅੰਨੀ ਦਾ ਬੱਚਾ ਬੱਚੇ ਮੈਂ YouTube ਤੋਂ ਡਾਊਨਲੋਡ ਕਰ ਲੈਂਦੇ ਬੰਦ ਕਾ ਹੁਣ ਤੋਂ ਪਹਿਲੇ ਹੱਥ ਨੇ ਨਹੀਂ ਲਾਉਣਾ
मैं ना हाथ पाए नेड़े लग थोड़ा जा दूर हो के ते मैं तो हटे आस ना किस किस्म दे किसे थकी औरत दे बच्चे हो भी तुसी अन्नी मां दे बच्चे हो कहंदा गाओ तू कहंदा पिछाओ तू मैनु वेची आया करके लटका देना ਵਿੱਚ ਮੁੱਚ ਨਹੀਂ ਗੱਲ ਕਰਨੀ ਤੇ ਦੂਰ ਮੈਂ ਕਮਰਾ ਕਮਰਾ ਤੁਹਾਡੇ ਲਈ ਸਜਾ ਲਾ ਕਮਰਾ ਸਜਾ ਲਾ ਆਇਓ ਨੇੜੇ ਹੋ ਤੁਰ ਗਿਆ ਨੇੜੇ ਹੋ ਲਖ ਪਾਕ ਤੈਨੂੰ ਜ਼ਿੰਦਗੀ ਤੰਦਰੁਸਤੀ ਦੇਵੇ ਠਾਕਰ ਮੂਏ ਫੜ ਲੈ ਆ ਉਹ ਲੱਤਾਂ 'ਚ ਲੱਤਾਂ ਫਸਾ ਅੱਛਾ ਹੁਣ ਤੂੰ ਇਹ ਦੱਸੀ ਜਾਣਾ ਹੈ ਲੱਤਾਂ ਲੱਤਾਂ कबूल कबूल नहीं हो अच्छा लगता है किसी ने चाबी दे के छड़े है देखो मेरी गल सुनो नहीं हाथ नहीं पुराना ती दूर खलोते नेड़े हो सोफा का दे आते लम्मिया पास तड़ी मैं भैन कद च लवा लेकिन फायदा कोई नहीं क्योंकि आप निकलने को फिरन नहीं हो नेड़े हो नेड़े हो दूर ना खलोमी हूं फिर हाथ पकड़ लिया ओ मेरे दसो तुसी मेनू इत्थे साईवाल ड्रामे लई बुलाया कि लेला भर्ती कीता तुसी ਦੋ ਹਜ਼ਾਰ ਰੁਪਇਆ
ਵਖਾਗਾ ਕਰਨਾ ਕੀ ਏ ਕਰਨਾ ਕੁਛ ਨਹੀਂ ਦੋਵੇਂ ਲੱਤਾਂ ਇੰਜ ਕਰਕੇ ਵਖਾ ਕਰ ਉਹ ਕਿਸੇ ਅੱਗੇ ਕੋ ਖੋਤੀ ਦਿਆ ਬੱਚੇ ਆ ਉਹ ਕੀ ਗੱਲ ਆ ਖੜੋਤੀ ਦਿਆ ਬੱਚੇ ਆ ਕਰ ਤੇ ਸਹੀ ਨਹੀਂ ਹੁਣੀ ਚੱਲ ਦੋਵੇਂ ਲੱਤਾਂ ਇੰਜ ਕਰ ਲਾ ਇੱਕ ਅਲ ਦੋਵੇਂ ਦੋਵੇਂ ਐ ਜੇ ਲਾ ਸਾਲੇ ਆ ਹਲੇ ਇੱਕ ਲਾ ਲਈ ਆ ਦੂਜੀ ਵੀ ਲਾ ਲਈ ਤੇਰੀ ਵੀ ਕੀ ਜ਼ਿੰਦਗੀ ਹੈ ਸਾਲੇ ਇਕੱਲਾ ਵੀ ਜਾਂਦਾ ਮੈਂ ਜਾਂਦੇ ਤੂੰ ਕਾਂਦੇ ਚ ਵਾਜੀ ਜਾਣਾ ਉਹਦੇ ਸ਼ੁਰੂ ਤੋਂ ਹੀ ਐਡਾ ਨਹੀਂ ਵੱਡਾ ਵੀ ਹੈ ਕੀ ਕਰਨਾ ਹੈ ਵੈਸੇ ਪੁੱਛ ਰਹੇ ਹਾਂਜੀ ਚਾਚੇ ਨੂੰ ਬਾਹਰ ਕੱਢ ਕਿਹੜੇ ਚਾਚੇ ਨੂੰ ਆਪਣਾ ਅੱਪਾ ਬਾਹਰ ਕੱਢ ਜਲਦੀ ਕਰ ਕਿਹੜਾ ਬਾਹਰ ਕੱਢਾਂ ਹਾਂ ਕਿਹੜਾ ਅੱਪਾ ਫੈਸਲਾ ਬਦਲ ਕੇ ਲਾਹੌਰ ਵਾਲਾ ਪਤਾ ਨਹੀਂ ਇਹਦਾ ਸਾਦਲਾ ਨੇੜੇ ਪੈਂਦਾ ਅੱਪਾ ਬਾਹਰ ਕੱਢ ਅੱਛਾ ਪਾਪਾ ਕਿੱਥੇ ਲੱਕ ਚ ਉਹਨੂੰ ਕਹਿੰਦੇ ਕਿਹਾ ਵੀ ਪੁੱਠੀ ਹੋ ਕੇ ਸੌ ਲੱਕ ਚ ਚਾਚਾ ਪੁੱਛ ਲੈ ਕਿਹਨੇ ਮਾਰਿਆ ਕਿਹਨੇ ਮਾਰਿਆ ਮੇਰਾ ਤਾਂ ਲੱਗ ਤਾਂ ਪਹੁੰਚ ਰਹੀ ਤੇਰਾ ਕਿੱਥੇ ਵੱਜਦਾ ਮੇਰਾ ਤਾਂ ਕਦੀ ਹਿੱਲਾ ਕਦੀ ਆਏ ਨੂੰ ਤਾਂ ਕਦੀ ਉਧਰ ਵੱਜਦਾ ਵੱਜਦਾ ਰਹਿੰਦਾ ਲੱਕ ਚ ਨਹੀਂ ਜਾਂਦਾ ਕਿਹਨੇ ਮਾਰਿਆ ਤੂੰ ਮਾਰਦਾਰੀ ਸਾਹਿਬ ਮੈਂ ਨਹੀਂ ਵੱਟਾ ਮਾਰਿਆ ਇਹ ਵੱਟਾ ਕਿੰਨਾ ਸੀ ਐਡਾ ਫਿਰ ਕਿਸੇ ਹੋਰ ਦਾ ਮੇਰਾ ਵੱਟਾ ਤੇ ਹਲੇ ਮੈਨੂੰ ਨਹੀਂ ਨਜ਼ਰ ਆਉਂਦਾ ਨਾਲੇ ਤੇਰੇ ਕੋਲ ਵੱਟਾ ਹੈ ਨਹੀਂ ਉੱਥੇ ਤੇ ਇੰਜੀ ਆ ਜਿਵੇਂ ਟਿੱਚ ਬਟਨ ਵੱਟੀ ਇਹ ਆਪਣਾ ਗੱਲ ਸੁਣ ਹਾਂਜੀ ਜਿਹੜਾ ਤੇਰੇ ਵੱਟਾ ਵੱਜਾ ਮੇਰੇ ਨਹੀਂ ਅੰਮੀ ਦੇ ਆਹ ਉਹ ਕਿਹੜਾ ਸੀ ਚੁੰਝ ਵਾਲਾ ਜਾਂ ਗੋਲ ਚੁੰਝ ਵਾਲਾ ਸੀ ਓਏ ਇਫ ਤੇਰਾ ਓਏ ਉਹ ਕਿਵੇਂ ਨਹੀਂ ਅਸੀਂ ਵੀ ਗੋਲ ਕਰਾ ਲਿਆ ਹੁਣ ਗੋਲ ਕਰਾ ਲਿਆ ਇਹ ਤਾਂ ਮਤਲਬ ਬਲਾ ਬਾ ਭਰਾਵਾਂ ਨੂੰ ਬਲਾਉਣਾ ਕੋਈ ਇੱਕ ਮਿੰਟ ਡੈਡ ਓਏ ਬਾਹਰ ਨਿਕਲ ਇਸ ਘਰ 'ਚ ਕੋਈ ਸਕੂਨ ਹੈ ਉਹਦੇ ਵੱਟਾ ਕਿਹਨੇ ਮਾਰਿਆ ਐ ਉਹਨਾਂ ਦੇ ਘਰ ਕੌਣ ਵੱਟੇ ਮਾਰ ਗਿਆ ਹੋਇਆ ਕੀ ਆ ਸੈਣ ਮੰਜਣ ਇਹ ਤੇ ਜਿਹੜਾ ਦੇ ਚ ਮੁਸ਼ਫਾ ਕਰਾ ਸੀ ਅਜੇ ਤੱਕ ਨਹੀਂ ਮਾਰਿਆ ਉਹ ਗੱਲ ਕੀ ਹੋਈ ਮਾਰੀ ਜਾ ਇਹਨੇ ਮਾਰਿਆ ਹੀ ਬਟਾ ਕਿਉਂ ਮਾਰਿਆ ਬਟਾ ਉਹਦੇ ਘਰ ਕਿਹਦੇ ਘਰ ਬਟਾ ਇਹਨਾਂ ਦੇ ਘਰ ਕੀ ਹੋਇਆ ਕੁੜੀਏ ਸਾਡੇ ਘਰ ਬਟਾ ਤੂੰ ਸੁਟੇ ਅੱਬਾ ਮੈਨੂੰ ਹਫਤਾ ਹੋ ਗਿਆ ਮੈਂ ਬਟਾ ਮਾਰ ਹੀ ਨਹੀਂ ਸਕਦਾ ਉਹ ਕਿਉਂ ਮੇਰੇ ਬੱਟੇ ਤੇ ਤਾਂ ਦਾਣਾ ਨਿਕਲੇ ਉਹਨਾਂ ਆਪਣੇ ਬੱਟੇ ਦੇ ਨਾ ਪਾਣ ਦਾ ਪੱਥਾ ਬਾਹਰ ਕਿਸ ਖੋਤੀ ਦਿਆ ਬੱਚਾ ਮੈਂ ਨਹੀਂ ਮਾਰਿਆ ਬਟਾ ਬਟਾ ਤੂੰ ਹੀ ਮਾਰਿਆ ਮੈਂ ਤਾਂ ਘਰੋਂ ਬਾਹਰ ਹੀ ਨਹੀਂ ਜਾਂਦਾ ਪੁੱਛ ਲੈ ਉਹਨੂੰ ਕਿਹੋ ਜਿਹਾ ਬਟਾ ਕਿੰਜ ਦਾ ਬਟਾ ਸੀ ਬ੍ਰਾਊਨ ਕਲਰ ਦਾ ਸੀ ਮੈਂ ਨਹੀਂ ਮਾਰਿਆ ਮੇਰਾ ਤਾਂ ਫੈਰੀ ਵਾਲਾ ਐ ਕਿੱਦਾਂ ਦਾ ਸੀ ਬੱਟਾ ਤੁਹਾਡਾ ਬ੍ਰਾਊਨ ਕਲਰ ਮੇਰਾ ਨਹੀਂ ਹੋ ਸਕਦਾ ਕਿਉਂ ਮੈਂ ਅਫੀਸ਼ੀਅਲ ਕਰਾਉਣਾ ਇੱਧਰ ਆ ਜਾ ਕੰਨ ਫੜੋ ਉਹ ਵੱਡੇ ਭਰਾ ਨੂੰ ਪੁੱਛ ਕੰਨ ਫੜੋ ਪਹਿਲੇ ਕੰਨ ਫੜੋ ਕੰਨ ਫੜੋ 24 ਘੰਟੇ ਮਾਰਨ ਤੋਂ ਸਵਾ ਤੈਨੂੰ ਕੰਮ ਕੋਈ ਨਹੀਂ ਤੁਸੀਂ ਵੀ ਤਾਂ ਲਾਮੇ ਲਿਆਉਂਦੇ ਇਸ ਘਰ ਚ ਲਾਮੇ ਲਿਆਉਂਦੇ ਹੋਰ ਇਸ ਕੰਨ ਫੜ ਕੰਨ ਫੜ ਕੰਨ ਕੰਨ ਫੜ ਡਿੱਗੀ ਉੱਚੀ ਕਰ ਡਿੱਗੀ ਉੱਚੀ ਕਰ ਕੀ ਹੋਇਆ ਉੱਚੀ ਕਰ ਉੱਚੀ ਕਰ ਤੂੰ ਚੁੰਮਣੀ ਡਿੱਗੀ ਉੱਚੀ ਕਰ ਡਿੱਗੀ ਇਹ ਨਹੀਂ ਹੋਣੀ ਉੱਚੀ ਇਹ ਆਲਟੋ ਦੀ ਆ ਸਾਰੀ ਜ਼ਿੰਦਗੀ ਇਹਨੇ ਨੀ ਗੰਦੇ ਕੰਮ ਕਰਾਏ ਹੋਣੇ ਉਹ ਕਿਵੇਂ ਬੰਦਾ ਤੇ ਉੱਤੋਂ ਦੀ ਲੰਘ ਜਾਂਦਾ ਤੇ ਕੀ ਕਰੇ ਦੱਸ ਫੜ ਕੰਨ ਕਿਤੇ ਲਾਮੇ ਉਹ ਬਾਹਰ ਨਿਕਲ ਤੂੰ ਵੀ ਪਿਛਲੀ ਸੱਟ ਵੀ ਨਿਕਲੀ ਹੈ ਵਰਨਾ ਮੈਂ ਤਾਂ ਨੀ ਜ਼ੋਰ ਦੀ ਜਿੱਡੀ ਜ਼ੋਰ ਦੀ ਮੈਨੂੰ ਵੱਜੀ ਹੈ ਮੂੰਹੋਂ ਗਾਲ ਨਿਕਲ ਜਾਂਦੀ ਤੇ ਫੁੱਫੀ ਨੂੰ ਲੱਗਣੀ ਸੀ ਉਹਨਾਂ ਦੇ ਘਰ ਰੋੜਾ ਕਿਹਨੇ ਮਾਰਿਆ ਕਰ ਮਾਰਿਆ ਇਸੇ ਤਿਆਰ ਉੜਿਆ ਇਸ ਘਰ ਚ ਸਕੂਨ ਆ ਨਹੀਂ ਸਕਦਾ ਦੋਵੇਂ ਸਾਂਢੂ ਲੜਦੇ ਰਹਿੰਦੇ ਤੇਰੀ ਮੈਂ ਭੈਣ ਕੱਢ ਤੇ ਲਵਾਂ ਫੇਰ ਮੈਂ ਡਰਨਾ ਪਤਾ ਨੀ ਉਹ ਕਿੰਨੇ ਸਕੇਲ ਦੀ ਕਾਲੀ ਹੈ ਬੱਚੇ ਅੱਬਾ ਹੁਣ ਜੋ ਸਾਨੂੰ ਜੰਮ ਕੇ ਮਾਰਨਾ ਜੰਮਣ ਤੋਂ ਪਹਿਲਾਂ ਦੋ ਹੱਥ ਮਾਰ ਲੈਣੇ ਹਨ ਤੂੰ ਵੀ ਨੀ ਮਾਰਿਆ ਤੂੰ ਵੀ ਮਾਰਿਆ ਨਹੀਂ ਨਹੀਂ ਓਏ ਤੂੰ ਵੀ ਨਹੀਂ ਮਾਰਿਆ ਮੈਂ ਰੋੜਾ ਕਿੱਥੋਂ ਮਾਰਿਆ ਮੈਂ ਤਾਂ ਘਰੋਂ ਬਾਹਰ ਹੀ ਨਹੀਂ ਜਾਂਦਾ ਕੁੜੀਏ ਹਾਂ ਚਾਚਾ ਰੋੜਾ ਕਿੱਡਾ ਕਿ ਸੀ ਐਡਾ ਜੇ ਤੈਨੂੰ ਉਹ ਰੋੜਾ ਇੱਥੇ ਵਿਖਾ ਦਈਏ ਤੇ ਪਹਿਚਾਨ ਲੈਂਗੀ
ਕਾਦੀ ਪਤਾ ਲੱਗਣਾ ਕਿਨੇ ਮਾਰਿਆ ਰੋੜਾ ਵਜਾ ਕਿਦੇ ਆ ਅੰਮੀ ਦੇ ਇਹ ਵਜਨ ਤੋਂ ਪਹਿਲੇ ਰੋੜਾ ਕਿੱਡਾ ਕਿ ਸੀ ਐ ਡੱਕ ਤੇ ਵਜਨ ਤੋਂ ਬਾਅਦ ਕਿੱਡਾ ਕਿ ਐ ਡੱਕ ਤੇ ਹੋਈ ਗਿਆ ਹੁਣ ਇਹ ਫੇ ਮੇਰੇ ਵਾਲਾ ਸੀ ਯਾਰ ਮੈਂ ਓਏ ਅੱਬਾ ਕੀ ਚਵਲਾ ਮਾਰਦੇ ਨੇ ਸਾਡੀ ਜਾਨ ਨੂੰ ਕਿੱਡੇ ਵਾਉਂਦੇ ਆ ਸੀ ਕੀ ਬਾਤ ਹੈ ਜੀ ਮਜ਼ਾ ਆ ਗਿਆ ਜੀ ਮਜ਼ਾ ਆ ਗਿਆ ਕੋਈ ਸਾਹਿਬ ਨੇ ਕ੍ਰਿਸ਼ਤਾ ਹੋਰ ਕਿਹਾ ਸੀ ਮੈਨੂੰ ਕਿ ਦੂਜੀ ਕੁੜੀ ਵਾਸਤੇ ਵੀ ਰਿਸ਼ਤਾ ਲੱਭ ਲੈ ਫੋਨ ਤੇ ਮੈਂ ਕੀਤਾ ਹੈ ਕਿ ਰਿਸ਼ਤਾ ਨਹੀਂ ਆਇਆ ਪਤਾ ਨਹੀਂ ਕਿੱਥੇ ਰਹਿ ਗਏ ਕੌਣ ਕਿਹੜੇ ਪ੍ਰਾਹੁਣੇ ਆਉਣੇ ਨੇ ਅੱਬਾ ਨੇ ਖਾਣ ਪੀਣ ਲਈ ਲਿਆ ਪਤਾ ਤੇ ਲੱਗਦਾ ਨਹੀਂ ਕੌਣ ਆ ਰਿਹਾ ਤੇ ਕੌਣ ਜਾ ਰਿਹਾ ਕਿੱਧਰ ਉਹ ਇਸਤਰੀ ਲੈਣ ਚੱਲਣਾ ਭੈਣ ਤੁਹਾਡੀ ਤੇ ਗਰਮੀ ਨਹੀਂ ਹੋਣ ਡਈ ਮਾਸ਼ਾਅੱਲਾ ਮਾਸ਼ਾਅੱਲਾ ਦੇਖੋ ਅੱਲਾਹ ਪਾਕ ਦੀ ਲੱਖ ਲੱਖ ਲਾਨਤ ਹੈ ਯਾਰ ਨਸੀਬਾ ਹੈ ਜੀ ਜੀ ਕਿ ਲਾਨਤ ਵਾਸਤੇ ਜਗ੍ਹਾ ਹੀ ਨਹੀਂ ਕਿ ਪਹਿਲੇ ਹੌਸ ਫੁੱਲ ਲੈ ਓਏ ਮੇਰੀ ਗੱਲ ਸੁਣੋ ਕੀ ਗੱਲ ਚਾ ਨਾ ਬੋਲਣਾ ਹੁਣ ਕੀ ਹੋਇਆ ਮੇਰਾ ਨਿਸ਼ਾਨਾ ਮਿਸ ਹੋਣ ਡਿਆ ਇਹ ਕੌਣ ਇਹ ਸਾਡੀ ਭੈਣ ਦਾ ਕਾਰੀਗਰ ਇਹ ਕਦੀ ਮੈਨੂੰ ਵੀ ਦੇ ਦਿਓ ਤੁਹਾਡੇ ਕੋਲ ਤੇ ਕਿਸੇ ਨੇ ਖੋਈ ਲੈਣੀ ਤੇ ਤੇਰੇ ਕੋਲ ਕਿਹੜੀ ਕਿਹ ਰਹਿਣ ਦੇਣੀ ਤੇਰੇ ਤੇ ਤਾਂ ਸ਼ੱਕ ਹੀ ਹੋਣਾ ਹੋਰ ਛੱਡਣ ਚੱਲਾ ਕੇ ਲੈਣ ਚੱਲਾ ਨਾ ਕਰਿਆ ਕਰੇ ਬੜੇ ਬੜੇ ਕਾਰੋਬਾਰ ਕੀਤੇ ਤੁਹਾਡੇ ਕੋਲ ਨੌਕਰੀ ਤੇ ਹੁਣ ਕੀਤੀ ਮੈਂ ਅੱਛਾ ਜੀ 45,000 ਦਾ ਮੈਂ ਕੁੱਤਾ ਲਿਆ 250 ਦਾ ਵੇਚਿਆ ਉਹ ਕਿਉਂ ਮੇਰੇ ਬਰਾਬਰ ਬੈਣ ਲੱਗ ਪਿਆ ਸੀ ਸਮਝਦਾਰ ਜੀ ਥੱਲੇ ਬਹਿ ਜਾਂਦਾ ਸੀ ਸ਼ੁਕਰ ਹੈ ਉੱਤੇ ਤਾਂ ਨਹੀਂ ਸੀ ਚੜਦਾ ਉੱਤ ਕਿਵੇਂ ਹੋਏ ਹੈ ਹੁਣ ਕੀ ਹੋਇਆ ਮੇਰੀ ਭੈਣ ਨੂੰ ਕੀ ਕੀਤਾ ਜੀ ਹੱਥ ਲਾਇਆ ਨਹੀਂ ਤੇ ਕੀ ਕਰਨ ਡਈ ਸੀ ਕੀ ਤੂੰ ਤਾਂ ਕਹਿੰਦਾ ਮੈਂ ਹੱਥ ਨਹੀਂ ਲਾਇਆ ਅੰਨੀ ਦੇ ਬੱਚੇ ਉਹ ਵੈਸੇ ਹੀ ਕਰ ਰਹੀ ਸੀ ਐ ਹੋਰ ਉਹ ਜਿਹੜਾ ਤੂੰ ਕਹਿ ਰਿਹਾ ਉਹ ਤੇ ਇਹ ਹੁੰਦਾ ਕਿ ਕੀਤਾ ਕੋਈ ਕਦਮ ਚੁੱਕ ਲਿਆ ਇਹ ਤੁਸੀਂ ਗੱਲਾਂ ਬਾਤਾਂ ਜੀ ਮਾਮੇ ਬਣ ਜਾਣਾ ਮੈਂ ਨਾ ਸਾਡਾ ਨਾ ਬਸ਼ੱਤ ਮਾਮੇ ਬਣ ਜੀ ਇੱਕ ਵਾਰੀ ਵਿਆਹ ਹੀ ਜਾਏ ਭੈਣ ਅਸੀਂ ਤਾਂ ਸੌਖੇ ਹੋਈਏ ਨਾ ਆਹੋ ਉਂਝ ਵੀ ਤੁਹਾਨੂੰ ਨਿਕਲ ਹੀ ਜਾਣਾ ਐਸੀ ਕੋਈ ਗੱਲ ਨਹੀਂ ਆ ਵੈਸੇ ਇੱਕ ਗੱਲ ਤੇ ਦੱਸ ਹਾਂ ਤੂੰ ਐਡਾ ਕਾਲਾ ਕਿਉਂ ਹੈ ਇਹ ਬੜੀ ਲੰਮੀ ਦਾਸਤਾਨ ਹੈ ਅੱਛਾ ਕਿਸੇ ਦਿਨ ਲੰਮੇ ਪਵੇਂਗਾ ਤੈਨੂੰ ਸੁਣਾਵਾਂਗਾ ਤੇ ਘੋੜੀ ਬਣ ਕੇ ਅੱਧੀ ਕੁ ਸੁਣਾ ਦੇ ਹੋਰ ਸੁਣਾ ਮੈਂ ਅੱਬੇ ਇਹਨਾਂ ਨੂੰ ਪੁੱਛਾਂ ਕਿ ਬਾਜ਼ਾਰੋਂ ਸ਼ਹਿ ਲਿਆਣੀ ਲਿਉਣੀ ਹੈ ਤੇ ਤੁਸੀਂ ਵੀ ਬਾਜ਼ਾਰ ਤੇ ਹੀ ਹੋ ਮੈਂ ਆ ਜਾਵਾ ਜੀ ਬੀਬੀ ਜੀ ਹਾਂਜੀ ਹਾਂਜੀ ਬੁਲਾਇਆ ਮੈਨੂੰ ਇੱਥੇ ਉਹ ਤੁਹਾਡਾ ਰਿਸ਼ਤਾ ਵੇਖਣ ਆ ਰਹੇ ਨੇ ਸੱਚੀ ਮੈਂ ਕਿਹਾ ਜਰਾ ਲਾੜਾ ਤੁਸੀਂ ਚੈੱਕ ਕਰ ਲਓ ਨਾ ਸੱਚੀ ਮੇਰਾ ਵਿਆਹ ਹੋਏਗਾ ਹਾਂਜੀ ਆਹੋ ਪਹਿਲਾਂ ਤਾਂ ਸਲਾਮ ਦਾ ਹੀ ਹੁੰਦਾ ਰਿਹਾ ਹੁਣ ਤੁਹਾਡਾ ਵਿਆਹ ਹੋਣਾ ਅੱਛਾ ਬੀਬੀ ਜੀ ਆਈ ਲਵ ਯੂ ਦਾ ਕੀ ਮਤਲਬ ਹੈ ਮੈਂ ਤੁਮ ਸੇ ਪਿਆਰ ਕਰਤੀ ਹੂੰ ਅਰੇ ਝੁਕੀਓ ਮੇ ਰਹਿਣੇ ਵਾਲੀ ਪਹਿਰੀਆ ਟੁੱਟ ਕੇ ਖਾਬ ਦੇਖ ਰਹੀ ਹੋ ਉਹ ਤੇਰੇ ਨਸੀਬ ਚ ਮਲਕ ਰਿਆਜ਼ ਕਿੱਥੋਂ ਸਹੀ ਕਹਿ ਰਿਹਾ ਮਲਕ ਰਿਆਜ਼ ਹਾਂਜੀ ਕੂੜਾ ਤੇ ਚੁੱਕ ਲਾ ਅੰਦਰੋਂ ਉਹ ਕੱਲ ਤਾਂ ਰਹਿ ਗਏ ਸੀ ਜਰਾ ਮੈਂ ਮਲਕ ਰਿਆਜ਼ ਇਹ ਗਲਤ ਕਲੂਨੀ ਕੱਟ ਬਿਠਾ ਜਿੱਦਾ ਹੋਏ ਆ ਗਲਤ ਕਾਨੂੰਨੀ ਨਹੀਂ ਕੱਟੀ ਤੇਰੀ ਲੱਤ ਤੋਂ ਬਟੋਜ਼ਰ ਲੰਘ ਗਿਆ ਕੀ ਲੰਘ ਗਿਆ ਬਟੋਜ਼ਰ ਹੋਰ ਬੀਬੀ ਜੀ ਕੀ ਹੋਰ ਬੀਬੀ ਜੀ ਤੂੰ ਕਾਲਾ ਕਿੰਨਾ ਵੇ ਮਰ ਜਾਣੇ ਸਿਰ ਤੋਂ ਲੈ ਕੇ ਪੈਰ ਤੱਕ ਕਾਲਾ ਸਿਆ ਆ ਮੇਰੇ ਕੋਲ ਪਰਾਟੋ ਦੀ ਚਾਬੀ ਉਹਨੇ ਮੈਨੂੰ ਕਹਿੰਦਾ ਸੀ ਅਰਤ ਗੁਰੂ ਗਾਦੇ ਤੂੰ ਪਾਕਿਸਤਾਨ ਨੇ ਤੇਰੀ ਭੁੱਲ ਲੈ ਮੈਂ ਕਾਲਾ ਵਾਂ ਹਾਂ ਤੁਸੀਂ ਵੀ ਆਪਣੀ ਤਲਾਸ਼ੀ ਲਵੋ ਕਿਧਰੋਂ ਕਿਧਰੋਂ ਤੁਸੀਂ ਵੀ ਕਾਲੇ ਹੋ ਕਿਧਰੋਂ ਕਾਲੀ ਆ ਤੇ ਬੜਾ ਹਾਲ ਹੈ ਇੱਥੋਂ 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 ਕੀ ਲਾ ਲਾ ਤੁਰੁਰੂ ਹਾ 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 ਲਾ ਲਾ ਤੁਰੁਰੂ ਹਾ 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 ਮੈਨੂੰ ਲੱਗਦਾ ਅੱਜ ਘਰ ਦੇ ਵਿੱਚ ਕੋਈ ਨਹੀਂ ਇਕੱਲੇ ਹੀ ਕਰਨਾ ਪੈਣਾ ਪਤਾ ਨਹੀਂ ਕਿ ਅੱਗੋਂ ਫੜ ਲਿਆ ਜੀ ਮਿਹਰਬਾਨੀ ਮਿਹਰਬਾਨੀ ਸ਼ੁਕਰੀਆ ਕੌਣ ਹੋ ਜਨਾਬ ਹਾਂਜੀ ਕੌਣ ਹੋ ਤਾਰਕ ਤਾਰਕ ਬਰਫ ਵਾਲਾ ਨਹੀਂ ਤਾਰਕ ਪਾੜੂ ਇਹ ਸਾਡਾ ਤਖੱਲਸ ਹੈ ਉਹ ਸਰ ਗਲਤ ਜਗ੍ਹਾ ਤੇ ਆ ਗਏ ਹੋ ਮਿਹਰਬਾਨੀ ਸਹੀ ਜਗ੍ਹਾ ਤੇ ਪਹੁੰਚ ਗਏ ਫਿਰ
ਓਏ ਸ਼ਰੀਫਾਂ ਦਾ ਘਰ ਏ ਤੇ ਸ਼ਰੀਫਾਂ ਕਿੱਥੇ ਜੇ ਜਲਦੀ ਨਾਲ ਉਹਨੂੰ ਬੁਲਾ ਲਓ ਉਹਨੂੰ ਕੋਈ ਸ਼ਰੀਫ ਆਇਆ ਸ਼ਰੀਫ ਉਹਨੂੰ ਇੱਧਰ ਆਇਆ ਨਹੀਂ ਜੀ ਨਹੀਂ ਹੋਰ ਸੁਣਾਓ ਸਰ ਤੁਸੀਂ ਗਲਤ ਜਗ੍ਹਾ ਤੇ ਆ ਗਏ ਹੈ ਕੌਣ ਹੋ ਤੁਸੀਂ ਉਹ ਗਲਤ ਜਗ੍ਹਾ ਤੇ ਆ ਗਏ ਆ ਤੇ ਕੋਈ ਗਲਤ ਸ਼ੈ ਵੀ ਤੇ ਵਹਾਓ ਨਾ ਤੂੰ ਤੇ ਅੰਨਾ ਨਹੀਂ ਆਉਂਦੇ ਆ ਗਲਤ ਮੈਂ ਟੋ ਟੋ ਕੇ ਵੇਖ ਲਾਂਗਾ ਵਾਕਈ ਅੰਨਾ ਹਾਂਜੀ ਫੜ ਕੇ ਵੇਖ ਲਾ ਨਹੀਂ ਮਹਿਸੂਸ ਹੁੰਦਾ ਤੇ ਹੋਰ ਸੁਣਾਓ ਤਬੀਅਤ ਦੀ ਸੁਣਾਓ ਠੀਕ ਠਾਕ ਅੱਬੂ ਦੀ ਸੁਣਾਓ ਠੀਕ ਉਹੋ ਹੀ ਨੇ ਮੈਂ ਕਿਹਾ ਚਿਆਨਾ ਦੇ ਨਵੇਂ ਨਾਂ ਨਾ ਲੈ ਲੈ ਹੁਣ ਤੇ ਆਪ ਸਾਹਿਬ ਇਕੱਲੇ ਹੀ ਹੋ ਭਰਾ ਨਹੀਂ ਜੀ ਅਸੀਂ ਚਾਰ ਭਾਈ ਆ ਬਾਕੀ ਠੀਕ ਨੇ ਅਲਹਮਦੁਲਿਲਾ ਉਹ ਵੀ ਇੰਨੇ ਹੀ ਨੇ ਤੇ ਵੱਡਾ ਭਰਾ ਕੀ ਕਰਦਾ ਹੈ ਉਹ ਸੜਕਾਂ ਬਣਾਉਂਦਾ ਹੈ ਅੰਨਾ ਹੋਵੇ ਕਿ ਸੜਕਾਂ ਬਣਾ ਸਕਦਾ ਆ ਬੰਦਾ ਸੜਕ ਤੇ ਟੁਰਿਆ ਜਾ ਰਿਹਾ ਹੋਵੇ ਸੜਕ ਟੁੱਟੀ ਹੋਵੇ ਬੰਦਾ ਕਹਿੰਦਾ ਨਹੀਂ ਇਹ ਕਿਸੇ ਅੰਨੇ ਨੇ ਬਣਾਈ ਉਹ ਹੀ ਬਣਾਉਂਦਾ ਹੈ ਉਹਦਾ ਤਾਂ ਛੋਟਾ ਉਹ ਚੰਨ ਵੇਖਦਾ ਹੈ ਅੰਨਾ ਹੋਵੇ ਕਿਵੇਂ ਚੰਨ ਵੇਖ ਸਕਦਾ ਆ ਜਿਹੜੇ ਵੇਖਦੇ ਨੇ ਉਹ ਵੀ ਇੰਨੇ ਹੀ ਨੇ ਠਾਈਆਂ ਰੋਜ਼ਿਆਂ ਦੀ ਈਦ ਕਰਾ ਦਿੰਦੇ ਨੇ ਉਹਦਾ ਤਾਂ ਛੋਟਾ ਉਹ ਬੈਂਕ 'ਚ ਲੱਗਾ ਹੈ ਉੱਥੇ ਕਰਦਾ ਜੀ ਉਹ ਜਿਹੜਾ ਨੋਟ ਦਿੰਦਾ ਉਹਨੂੰ ਥੁੱਕ ਦਿੰਦਾ ਉਹਦਾ ਤਾਂ ਛੋਟਾ ਉਹ ਨਿਊ ਖਾਂ ਚਲਾਉਂਦਾ ਅੰਨਾ ਹੋਵੇ ਕਿਵੇਂ ਨਿਊ ਖਾਂ ਚਲਾ ਸਕਦਾ ਤੁਸੀਂ ਅੱਖਾਂ ਨਾਲ ਭੈਣਾ ਚਲਾਉਣ ਡਿਓ ਨਿਊ ਖਾਂ ਨਹੀਂ ਚਲਾ ਸਕਦਾ ਖੁਸ਼ਬੋ ਆ ਰਹੀ ਉਹ ਤੇ ਅੱਜ ਫੁੱਟੇ ਹੈ ਤੁਹਾਨੂੰ ਫੌਰਨ ਦਿਹਾੜੀ ਦੇ ਦਿਆਂਗਾ ਉਹ ਟੁਰ ਗਏ ਕੁੱਤਾ ਹਾਂਜੀ ਹਾਏ ਹੈਲੋ ਹਾਏ ਆ ਹਾਏ ਕੀ ਹਾਲ ਹੈ ਥੱਲੇ ਜੇ ਕਿੱਥੇ ਚੱਲੇ ਹੋ ਇੱਥੇ ਆ ਮੈਂ ਤੁਹਾਨੂੰ ਜਾਣ ਵੀ ਨਹੀਂ ਦੇਣਾ ਸੱਚੀ ਉੱਚੀ ਓਏ ਹੋਏ ਕੈਸੀ ਹੋ ਮੈਂ ਠੀਕ ਹੂੰ ਤਬੀਅਤ ਕੈਸੀ ਹੈ ਬਿਲਕੁਲ ਠੀਕ ਬਿਲਕੁਲ ਠੀਕ ਹੈ ਹਾਂ ਬਾਦੋ ਲਾਲ ਝੰਡੀ ਨਾ ਆਣਾ ਵਹਾ ਦੇ ਅਜੇ ਮੇਰਾ ਉੱਥੇ ਇੰਜਨ ਰੁਕ ਜਾਏ ਮੈਂ ਚਾਹਨਾ ਫਾਟਕ ਖੁੱਲਾ ਹੋਵੇ ਗੱਲ ਤੇ ਸੁਣੋ ਸੁਣਾਓ ਇੱਧਰ ਤੇ ਆਓ ਨਾ ਮੈਡਮ ਜੀ ਕਿੰਨਾ ਪੜੇ ਹੋ ਡਬਲ ਐਮਏ ਉਹਦੇ ਚ ਕੋਈ ਬੱਚੀ ਬੱਚਾ ਉਹਦੇ ਚ ਕਿੱਥੋਂ ਆ ਗਿਆ ਸਾਡੇ ਮੱਲੇ ਇੱਕ ਕੁੜੀ ਨੇ ਮਾਸਟਰ ਕੀਤਾ ਚਾਰ ਬੱਚੇ ਆ ਉਹ ਕਿੱਥੇ ਨੇ ਇੱਕ ਵਿੱਚੋਂ ਲੰਗੜਾ ਗੱਲ ਤੇ ਸੁਣੋ ਤੁਸੀਂ ਕਿੰਨਾ ਪੜੇ ਹੋ ਮੈਂ ਐਫਏ ਤੋਂ ਲੈ ਕੇ ਨੇਫੇ ਤੱਕ ਕੀ ਹੋ ਗਿਆ ਜੇ ਥੋੜਾ ਜਿਹਾ ਤੇ ਕਰ ਲੈਂਦੇ ਹੋ ਓਏ ਹੋਏ ਕੀ ਮੈਡਮ ਜੀ ਚਾਂਦਗੜੀ ਚਲਾਉਂਦੇ ਨਹੀਂ ਝੰਡੀਆਂ ਪਈਆਂ ਹਨ ਓ ਬਰਤਨ ਧੋ ਧੋ ਕੇ ਹਾਂਜੀ ਕਦੀ ਮੋਠ ਵਾਲਾ ਜੱਗ ਮਾਂਜਿਆ ਜੀ ਗੱਲ ਤੇ ਸੁਣੋ ਕੀ ਹੋ ਗਿਆ ਤੁਸੀਂ ਤੇ ਐਂ ਖੰਭਾ ਹੀ ਹੋ ਜਾਂਦੇ ਜੀ ਗੱਲ ਤੇ ਸੁਣੋ ਨਾ ਸੁਣਾਓ ਨਾ ਉਫ ਕਿੱਥੇ ਰਹਿੰਦੇ ਹੋ ਇੱਥੇ ਦੱਸੋ ਤੇ ਸਹੀ ਇੱਥੇ ਕਿੱਥੇ ਕਿਹੜੇ ਟਾਊਨ ਵਿੱਚ ਰਹਿੰਦੇ ਹੋ ਮੈਂ ਪਹਿਲੇ ਟਾਊਨ ਵਿੱਚ ਹਾਂ ਬਹੁਤ ਤੇ ਤੁਹਾਡੇ ਕੋਲ ਥੇੜੀ ਸਾਂਸੀ ਵਾਲੀ ਆਉਂਦੇ ਫੇਰ ਵੀ ਕੋਈ ਗੱਲ ਨਹੀਂ ਅਸੀਂ ਗੁਜ਼ਾਰਾ ਕਰ ਲਵਾਂਗੇ ਇੱਧਰ ਤੇ ਆਓ ਮੈਡਮ ਜੀ ਤੁਹਾਡੇ ਵਾਲਾ ਸਾਹਿਬ ਮਿਸਤਰੀ ਨੇ ਨਹੀਂ ਤੇ ਅਗਰਮਾਲਾ ਕੌਣ ਫੇਰ ਗਏ ਅਮੀ ਬਹੂ ਚਲੋ ਕੋਈ ਗੱਲ ਨਹੀਂ ਬੱਚਿਆਂ ਨੂੰ ਡੱਬੇ ਦਾ ਪਿਆ ਦੇਵਾਂਗੇ ਇੱਧਰ ਮੈਨੂੰ ਲੱਗਦਾ ਤੁਸੀਂ ਫੁੱਲ ਨੀਂਦਰ ਵਿੱਚ ਸੌਂਦੇ ਹੋ ਹਾਂਜੀ ਤਾਦੀ ਬਿੱਲੀ ਪੀ ਗਈ ਹੈ ਓਹੋ
ਤੁਹਾਡੀ ਦੁਸ਼ਮਣੀ ਹੈ? ਨਹੀਂ। ਤੇ ਆ ਪਿਸਤੌਲ ਕਿਉਂ ਲਾਇਆ? ਮੈਡਮ ਪਿਸਤੌਲ ਤੇ ਠੀਕ ਹੈ, ਤੁਸੀਂ ਨਾਲ ਗੋਲੀਆਂ ਵੀ ਲਾਣ ਦੇ। ਛੇ ਰੱਖੋ ਨਾ, ਕੋਈ ਗੱਲ ਨਹੀਂ, ਮੈਂ ਜੋ ਹੈਗਾ ਵਾ। ਮੈਡਮ ਜੀ, ਤੁਸੀਂ ਤੇ ਯੂਰਪ ਰਹਿੰਦੇ ਹੋ? ਮੈਡਮ ਜੀ, ਤੁਸੀਂ ਤੇ ਮੈਨੂੰ ਬਰਾਡ ਮਾਈਂਡਡ ਲੱਗ ਰਹੇ ਹੋ। ਜੀ ਜੀ, ਤੁਸੀਂ ਤੇ ਸਲਵਾਰ ਵੀ ਨਹੀਂ ਪਾਈ। ਮੇਰੀ ਗੱਲ ਸੁਣੋ, ਕੁੜੀ ਕਿੱਥੇ ਗਈ ਹੈ? ਮੈਂ ਬੁਲਾਉਣਾ ਇੱਕ ਮਿੰਟ। ਉਹਨੂੰ ਰਹਿਣ ਦੇ, ਤੂੰ ਹੀ ਆ। ਓਏ ਆਪਸ ਚ ਗੁਨਾਹ ਹੁੰਦਾ ਈ, ਤੂੰ ਨਾ ਕਰੀ, ਮੈਨੂੰ ਤਾਂ ਕਰਨ ਦੇ ਨਾ, ਕੁਛ ਤੇ ਕਰਨ ਦੇ। ਇਹੋ ਜਿਹਾ ਮੁੰਡਾ ਚੁੱਕ ਲਿਆਂਦੇ ਆ, ਉਹਨਾਂ ਦੇ ਘਰਦਿਆਂ ਨੂੰ ਪਤਾ ਕਿ ਨਹੀਂ? ਅੱਬਾ ਜੀ, ਸਾਰਿਆਂ ਨੂੰ ਪਤਾ, ਚੰਗਾ ਭਲਾ ਖਾਨਦਾਨ ਹੈ, ਹੁਣ ਤੁਹਾਨੂੰ ਨਾ ਪਸੰਦ ਆਵੇ ਤਾਂ ਕੀ ਕਰੀਏ? ਪੜ੍ਹਿਆ ਲਿਖਿਆ ਖਾਨਦਾਨ ਆ ਸਾਰਾ, ਤੇ ਮੁੰਡਾ ਵੀ ਪੜ੍ਹਿਆ ਲਿਖਿਆ। ਅੱਬਾ ਮੈਂ ਕਹਿੰਦਾ ਭੈਣ ਮੇਰੀ ਦੇ ਹੱਥ ਪੀਲੇ ਕਰ ਦਿੰਦੇ ਤੇ ਉਹਨਾਂ ਨੇ ਸਾਡਾ ਮੂੰਹ ਕਾਲਾ ਕਰਾ ਦੇਣਾ। ਤੁਸੀਂ ਅੱਬੇ ਤੇ ਗਵਾਹ ਦਾ ਪਰਚਾ ਕਰਾ ਕੇ ਕਿਤੇ ਅੱਬਾ ਤਾਂ ਨਹੀਂ ਅੰਦਰ ਕਰਾਉਣ ਲੱਗੇ ਤੁਸੀਂ? ਨਹੀਂ ਨਹੀਂ, ਸਾਡੀ ਜ਼ਰੂਰਤ ਨਹੀਂ ਤੁਹਾਨੂੰ ਅੰਦਰ ਕਰਾਈਏ। ਮੁੰਡਾ ਰਾਜ਼ੀ ਹੈ ਵਿਆਹ? ਹਾਂਜੀ। ਚਲੋ ਚੰਗਾ ਹੋਇਆ। ਅੱਬਾ ਇਹਨੂੰ ਘਰੋਂ ਬਾਹਰ ਕੱਢ ਦੇ। ਕਿਉਂ? ਇਹ ਕਹਿੰਦਾ ਜਦੋਂ ਅੱਬਾ ਮਰੇਗਾ ਨਾ, ਇਹਨੂੰ ਕਬਰਸਤਾਨ ਤੇ ਨਹੀਂ ਦਫਨਾਉਣਾ, ਸੜਕ ਤੇ। ਕਿਉਂ? ਕਬਰ ਦੀ ਕਬਰ, ਜੰਪ ਦਾ ਜੰਪ। ਉਹ ਮੁੰਡਾ ਆ ਗਿਆ, ਪੁੱਛ ਲਓ। ਮੇਰੀ ਗੱਲ ਸੁਣੋ, ਸਬੱਬੀ ਤੁਸੀਂ ਇਕੱਠੇ ਹੋਏ ਹੋ। ਹਾਂਜੀ। ਹੁਣ ਦੱਸੋ, ਫੈਸਲਾ ਲੈਣਾ ਹੈ ਕਿ ਤਲਾਕ ਲੈਣੀ ਤੁਸੀਂ? ਲੈ ਅੱਬੇ ਨੇ ਹਜੇ ਮਸ਼ਵਰਾ ਕਰਨਾ ਸੀ ਤੁਹਾਡੇ ਨਾਲ। ਦੇਖੋ ਚਾਚਾ ਜੀ, ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਿਉਂਕਿ ਤੁਸੀਂ ਇਸ ਘਰ। ਇਹ ਬਾਰ ਬਾਰ ਬਾਹਰ ਤੇ ਅੰਦਰ ਕਿਉਂ ਆਉਂਦਾ ਜਾਂਦਾ? ਇਹ ਭੁੱਲ ਜਾਂਦਾ ਕਿ ਮੈਂ ਟਿਕਟ ਲਈ ਨਹੀਂ ਲਈ, ਬੁਕਿੰਗ ਤੇ ਬਹਿ ਜਾਓ ਭਾਈ। ਤਾਂ ਖਾ ਹੀ ਇੰਨਾ ਲੈਂਦਾ, ਤੁਰ ਵੀ ਨਹੀਂ ਹੁੰਦਾ ਜੀ। ਚਾਚਾ ਜੀ ਦੇਖੋ, ਤੁਸੀਂ ਘਰ ਦੇ ਵਿੱਚ ਵੱਡੇ ਹੋ, ਤੁਹਾਡੇ ਨਾਲ ਮੈਂ ਗੱਲ ਕਰਨੀ ਕਿਉਂਕਿ ਸਾਡੀ ਘਰ 'ਚ ਜ਼ਰਾ ਇੱਜ਼ਤ ਨਹੀਂ ਹੈਗੀ, ਤੇ ਮੈਂ ਚਾਹੁੰਦਾ ਦੋ ਕਾਕਾ ਉੱਠ ਜਾ ਤੂੰ। ਹੁਣ ਕੀ ਹੋਇਆ? ਵੈਸੇ ਮੈਨੂੰ ਤੂੰ ਪਸੰਦ ਆ, ਮੈਂ ਸ਼ਾਦੀ ਕਰਨਾ ਚਾਹੁੰਦਾ। ਕਿਹਦੇ ਨਾਲ? ਆਪਣੀ ਬੇਟੀ ਨਾਲ। ਤੇਰਾ ਮੂੰਹ ਹੈ ਵੇ ਨਿੱਬੂ ਨਚੋੜਨ ਵਾਲੀ ਵਰਗਾ, ਤੇਰਾ ਮੂੰਹ ਹੈ। ਬੇਟੀ ਨੇ ਸ਼ਾਦੀ ਕਰਨੀ ਹੈ ਜੇ ਫਿਰ ਆਇਆ ਕਰਨਾ? ਚਾਰ ਨਿਆਣੇ ਨੇ, ਇਹ ਵੀ ਦੋ ਮੇਰੇ ਨੇ। ਤੁਸੀਂ ਇਹਦੇ ਹੋ ਅੱਲਾ ਵੱਲੋਂ? ਚਾਚੇ ਦੇਖੋ, ਕੁੜੀ ਤੁਹਾਡੀ ਮੈਨੂੰ ਪਸੰਦ ਹੈ, ਮੈਂ ਇਹ ਕਹਿੰਦਾ ਕਿ ਜਿਹੜੀ ਮੈਂ ਪਹਿਲੇ ਕੁੜੀ ਨਾਲ ਸ਼ਾਦੀ ਕਰ ਰਿਹਾ ਸੀ ਉਹਦਾ ਮੈਂ ਕੀ ਕਰਾਂ? ਓਏ ਚੱਲ, ਤੂੰ ਦੋ ਵਿਆਹ ਕਰ ਲੈ, ਤੈਨੂੰ ਕੀ ਆ? ਤੇਰੇ ਕੋਲ ਕਿਹੜੀਆਂ ਨਹੀਂ ਸੰਭਾਲੀਆਂ ਜਾਣੀਆਂ? ਕਿਉਂ, ਮੇਰਾ ਨਾਂ ਸ਼ੇਖ ਅਬਦੁਲ ਬਿਨ ਹਨਿਆਨ ਹੈ, ਅੰਨੀ ਦਾ ਬੱਚਾ ਆਏ। ਜਿਹੋ ਜਿਹਾ ਦੌਰ ਹੈ, ਇੱਕ ਚੱਲ ਜੇ ਬੜੀ ਗੱਲ ਹੈ। ਉਹ ਨਹੀਂ, ਮੁੰਡਿਆਂ ਨੇ ਦੱਸਿਆ ਕਿੰਨੀਆਂ ਇਨਸਾਨ 'ਚ ਨਾੜਾਂ ਹੁੰਦੀਆਂ ਨੇ। 302 ਤੇ ਬੀਵੀ ਨੂੰ ਪਤਾ ਹੈ ਕਿ ਕਿਹੜੇ ਟਾਈਮ ਕਿਹੜੀ ਦਬਾਉਣੀ। ਤੇਰਾ ਕੱਛਾ ਪਾੜ ਜਾਂਦਾ। ਬਹਿ ਜਾ ਭਾਜੀ, ਬਹਿ ਜਾ। ਇਹ ਨਾਲ ਮੁੜਦੇ ਬਾਥਰੂਮ ਹੈਗਾ, ਉੱਥੇ ਗੰਦ ਪਾ ਲਓ ਜਾ ਕੇ। ਲੱਗਦਾ ਤੇਰੇ ਮਿਹਦੇ 'ਚ ਜਿਹੜੀ CNG ਨਾ, ਉਹ ਜ਼ਹਿਰੀਲੀ ਆ ਕਿਤੇ। CNG ਸਾਨੂੰ ਦੇ, ਸਾਡਾ ਚਾਚਾ ਬੜਾ ਫਸ ਫਸ ਕੇ ਚੱਲਣ ਡਿਆ। ਸਰ ਦੇਖੋ ਜੀ, ਤੁਸੀਂ ਸ਼ਾਦੀ ਲਈ ਰਾਜ਼ੀ ਹੋ? ਹਾਂਜੀ। ਚਲੋ ਠੀਕ ਹੈ, ਦੋ ਵਿਆਹ ਕਰ ਲਾ, ਕਾਇਕ ਦਾ ਘਰ ਵਸਾ ਲਈ, ਦੂਜੀ ਨਾਲ ਖਰਚਾ ਚਲਾ ਲਈ। ਚਾਚਾ ਤੁਹਾਡੀ ਗੱਲ 'ਚ ਨਾ ਇਨਸਾਨੀਅਤ ਘੱਟ ਤੇ ਬਗੈਰਤੀ ਬਹੁਤੀ ਲੱਗ ਰਹੀ ਮੈਨੂੰ। ਕਾਕਾ ਕੁੜੀ ਟੀਚਰ ਆ, 40,000 ਤਨਖਾਹ ਉਹਦੀ। ਅੱਛਾ ਜੀ, ਹਾਂ। ਦੱਸਣੇ ਬਾਬਾ ਜਵਾਨ ਮੁੰਡਿਆਂ ਨੂੰ ਪੜ੍ਹਾਉਂਦੀ? 12ਵੀਂ ਤੱਕ ਬਸ, ਉਸ ਤੋਂ ਬਾਅਦ ਸੌ ਜਾਂਦੀ ਆਣ ਕੇ। ਅੱਛਾ, ਜਹੇਜ਼ ਜਹੇਜ਼ ਅਸੀਂ ਕੁਛ ਵੀ ਨਹੀਂ ਦੇ ਸਕਦੇ।
ਅੰਨੀ ਮਾਂ ਦੇ ਬੱਚਿਓ ਜੇਸ ਕਿਉਂ ਨਹੀਂ ਦੇਣਾ ਤੁਸੀਂ ਹੈ ਗਰੀਬ ਬੰਦੇ ਅਸੀਂ ਕਿੱਥੋਂ ਦਈਏ ਗਰੀਬ ਘੱਟ ਗੈਰਤਮੰਦ ਤੋਂ ਬਹੁਤ ਹੈ ਸ਼ੇਵਲ ਦਾ ਬੱਚਾ ਨਾ ਆਪੇ ਦੇ ਮਸ਼ਵਰੇ 'ਚ ਨਹੀਂ ਤੁਸੀਂ ਬੈਠਣਾ ਕੀ ਹੋਇਆ ਉਹ ਦੌੜ ਜਾਓ ਕਰੋਨਾ ਦੀ ਚੌਥੀ ਲਹਿਰ ਆ ਗਈ ਜੇ ਇਹ ਫਿਰ 14 ਤੋਂ 2 ਆ ਜੀ ਉਹ ਤੁਹਾਡੇ ਘਰ ਦੇ ਪਿੱਛੇ ਸਟੇਸ਼ਨ ਹੈ ਨਹੀਂ ਕਿੱਡਾ ਵੱਡਾ ਚੂਹਾ ਕਿੱਥੋਂ ਆਇਆ ਉਹ मेरे उत्ते पुत्र होने का दावा किया है भी मेरा ही है माशाल्लाह कैसी मेरे नेफे ठंड पा रहे हैं चुटकी चुटकी साहेब है अपन भैया लग रहे हैं अच्छा जी कक्का सफर लंबा है झोली च आ जा पुत्र मैं खलो के चला जा मैं नाल ही तो जाना हां तेज तो राजा खलो के भी जाना पुत्र देखना पई डंडा ते फड़ लेना नहीं नहीं चुटकी शदादा लाहौर मैं ते ब्याह ते गया अच्छा मैं 1000 रुपए ने उधरा देता तो चीज लेन चले गए हैं अद्धे घंटे बाद आया जूस ते सलंडी फड़ी सलाह लेके पाए ने और सुनाओ मेरी बाजी ना ब्याह करा लो खड़का के सुट किनिया भैणा ही अन्नी दे इन्नी कु ना मैं की करांगा मैं तो तन्नू ज्यादती भी नहीं कर सकदा ਕੋਈ ਨਹੀਂ ਤੁਸੀਂ ਵੇਖੋ ਤਾਂ ਸਹੀ ਬਾਜੀ ਇਹਨਾਂ ਵਾਲੀ ਵੀ ਭੁੱਲ ਜਾਓਗੇ ਤੁਸੀਂ ਅੱਛਾ ਵੈਸੇ ਕਹਿ ਸਹੀ ਨੇ ਇਹੋ ਜਿਹੇ ਮੁੰਡੇ ਦੀ ਬਾਜੀ ਬੜੀ ਚੀਸੀ ਹੁੰਦੀ ਹੈ ਹੋਰ ਸੁਣਾ ਦਵਾਵਾ ਤੁਸੀਂ ਸੁਣਾਓ ਭਰਾ ਦਾ ਵਿਆਹ ਹੋਇਆ ਹੋਇਆ ਕੀ ਆ ਹੁਣ ਉਹ ਸੱਚਾ ਅੱਛਾ ਭਾਈ ਜੀ ਗੱਲ ਸੁਣਨਾ ਜੀ ਮੈਂ ਤੁਹਾਨੂੰ ਸਮਝ ਰਿਹਾ ਸੀ ਸਟ੍ਰੋਬਰੀ ਦਾ ਸਵਾਦ ਆਇਆ ਹੁਣ 6 ਫੁੱਟ ਭਰਜਾਈ ਸਾਡੀ ਦਾ ਕਰਦੇ 5.5 ਪੌਣੇ 6 ਫੁੱਟ ਦੀ ਮਾਸ਼ਾਅੱਲਾ ਛੱਤੀ ਗੋਰੀ ਐਡੀ ਜਵਾਨ ਵਾਹ ਜੀ ਵਾਹ ਨਿਕਾ ਜਿਆ ਸ਼ਾਦੀ ਦੀ ਰਾਤ ਸੁਹਾਗ ਰਾਤ ਮਨਾ ਰਿਹਾ ਅਲੀ ਅਲੀ ਸਾਈਡ ਤੋਂ ਬਾਰੀ ਖੁੱਲੀ ਰਹਿ ਗਈ ਅੱਛਾ ਉਹ ਮੱਲੇ ਦੇ ਕਿਸੇ ਬੰਦੇ ਨੇ ਵੇਖਿਆ ਉਹਨੇ ਰੌਲਾ ਪਾਤਾ ਕਿਉਂ ਉਹਨੇ ਸਮਝਿਆ ਉਹਨੇ ਪੈਦਾ ਹੋ ਰਿਹਾ ਹੈ ਕੀ ਨਹੀਂ ਪਤਾ ਇਹ ਪੂਰੀਆਂ ਬੜਕਾ ਮਾਰ ਰਹੇ ਆ ਉੱਤੇ जो करना मेरे ना कर ला पर मैं बस्ता लै दे ਇਹ ਤਾਂ ਮੱਲੇ 'ਚ ਬੜਾ ਚੌੜਾ ਹੋ ਕੇ ਪੜਿਆ ਲਿਖਿਆ ਬਣਦਾ ਅੱਛਾ ਜੀ ਇੱਕ ਬੰਦੇ ਨੇ ਇਹਨੂੰ ਪੁੱਛਿਆ ਪਾਕਿਸਤਾਨ 14 ਅਗਸਤ ਮਨਾਉਂਦਾ ਇੰਡੀਆ 15 ਕਿਉਂ ਕਹਿੰਦਾ ਜ਼ੇਦਬਾਦੀ 'ਚ ਪੜਿਆ ਲਿਖਿਆ ਇਹ ਪਹਿਲੇ ਖੁਸਰਾ ਹੁੰਦਾ ਸੀ ਅੱਛਾ ਇਹ ਵਾਲਾ ਹੈ ਹਾਂ ਜੀ ਹੈ ਇਹ ਕਿਤੇ ਨੱਚਣ ਗਿਆ ਅੱਛਾ ਉੱਥੇ ਡਾਂਗਾ ਚੱਲ ਪਈਆਂ ਲੜਾਈ ਹੋ ਪਈ ਫੇਰ ਇੰਨੀ ਦੇਰ 'ਚ ਕਿਸੇ ਨੇ ਜਨਰੇਟਰ ਦੀ ਤਾਰ ਖਿੱਚੀ ਹੈ ਬੜੀਆਂ ਡਾਂਗਾ ਚੱਲੀਆਂ ਫੇਰ ਇਹਨੂੰ ਬਹੁਤ ਪਈਆਂ ਜਾਓ ਇਹਨੇ ਕੋਈ ਗਰੂਪ ਆਇਆ ਸੀ ਜਿੱਧਰ ਜਾਵੇ ਉੱਧਰ ਹੀ ਡਾਂਗਾ ਆਵੇ ਤਿੰਨ ਮਹੀਨੇ ਵਾਸਤੇ ਮਕਾਨ ਕਿਰਾਏ ਤੇ ਲੈ ਕੇ ਦਿੱਤਾ ਅੱਛਾ ਉਹ ਚੌਥੇ ਮਹੀਨੇ ਮਾਲਕ ਮਕਾਨ ਨੇ ਚੁਟਕੀ ਸਾਨੂੰ ਉਹ ਜੁੱਤੀਆਂ ਮਾਰੀਆਂ ਕਿਉਂ ਇਸ ਚਵਲ ਨੇ ਸਾਰੇ ਘਰ ਦੀ ਫਿਟਿੰਗ ਹੀ ਇੱਥੇ ਕਰਕੇ ਕਰਾਤੀ ਇੱਥੇ ਨਲਕਾ ਲੱਗਾ ਬੇਸਨ ਲੱਗਾ ਉਹ ਇੱਥੇ ਕਰਕੇ ਬੇਸਨ ਲੱਗਾ ਉਹ ਕਹਿੰਦਾ ਅੰਨੀ ਦੀਆਂ ਬੱਚਿਆ ਮੈਂ ਕਿਸੇ ਬਿੱਲੀ ਨੂੰ ਘਰ ਦੇ ਦਿੱਤਾ ਇੰਝ ਕੀਤਾ ਅੱਗੇ ਜਦੋਂ ਮੈਂ ਖਾਨ ਸਾਹਿਬ ਤੁਹਾਨੂੰ ਘਰ ਨਹੀਂ ਲੈ ਕੇ ਜਾਣਾ ਚਲੋ ਉਹ ਆਪ ਆ ਜਾਣਗੇ अपने प्यो का फर्मा बरदार प्यो ने एक दिन कहा पुत्र इत्थे खलो मैं हुणे आउणा उत्थे ही खलोता वेख ला ਅੱਗੋਂ ਪੀਰ ਕਹਿੰਦੇ
ਰੋਟੀ ਖਾਣੀ ਤੇ ਧਾਰ ਲੈ ਆ, ਨਾਸ਼ਤਾ ਧਾਰ ਲੈ ਆ। ਰਾਤ ਹੋਈ ਕਹਿੰਦੇ ਬਾਬਾ ਜੀ ਕਿਆਮ ਕਰਨਾ ਜਾਂ ਹਿਜਰਤ ਕਰਨੀ? ਕਹਿੰਦੇ ਬੇਟਾ ਤੂੰ ਸੇਵਾ ਚੰਗੀ ਕਰ ਰਿਹਾ, ਮੈਂ ਕਿਆਮ ਹੀ ਕਰਨਾ। ਚਾਬੀਆਂ ਕੱਢ ਕੇ ਨਾਲ ਤੁਸੀਂ ਕਿਆਮ ਕਰੋ, ਮੈਂ ਫਿਰ ਹਿਜਰਤ ਕਰ ਜਾ। ਹਧਾਰ ਹੀ ਚੀਜ਼ਾਂ ਲਈ ਜਾਣ। ਏਡੀ ਲੰਮੀ ਗੱਲ ਸੁਣਾਈ, ਸਵੇਰੇ ਕੰਮਾਂ ਤੇ ਵੀ ਜਾਣਾ ਅਗਲੇ। ਆਪਣੀਆਂ ਮੰਜ਼ਲਾਂ ਤੇ ਲਾ ਜੀ। ਇਹਨੇ ਬਟਨ ਲੱਭਿਆ ਪੈਰਾਸ਼ੂਟ ਖੁੱਲੇ ਨਾਲ ਤੇ ਬੰਦੇ ਨੂੰ ਡਰਾਈਏ ਜਵਾਨ, ਜਿਵੇਂ ਪੈਰਾਸ਼ੂਟ ਖੁੱਲੇ ਥੱਲੇ ਗੱਡੀਆਂ ਗੁੱਡੀਆਂ ਵੀ ਕੋਈ ਤੇ ਆਪ ਜਹਾਜ਼ ਦੇ ਵਿੱਚ ਬਹਿ ਗਿਆ। ਮੈਂ ਬਾਹਰ ਜਾਣਾ, ਮੈਂ ਬਾਹਰ ਜਾਣਾ। ਉਹ ਪਤਾ ਕਹਿੰਦਾ ਕਾਕਾ ਜੇ ਜਹਾਜ਼ 'ਚ ਤੂੰ ਬੈਠਾ, ਇਹਨੇ ਅੰਦਰ ਜਾਣਾ। ਬੈਠੋ ਬੈਠੋ ਬੈਠੋ, ਲਿਆ ਡਾਲਾ, ਚੱਲ ਆ ਜਾ ਫਿਰ। ਚੱਲ ਹੋਰ ਗੱਲ ਸੁਣਾ, ਛੋਟੀ ਸੁਣਾਈ, ਦੂਜਾ ਸ਼ੋਅ ਵੀ ਕਰਨਾ ਸੀ। ਪਹਿਲੇ ਉਹ ਕਰ ਲਓ, ਮੈਂ ਬਾਅਦ 'ਚ ਸੁਣਾ ਲੈਂਦਾ। ਪਿਛਲੀਆਂ ਸਰਦੀਆਂ ਦੀ ਗੱਲ, ਮੇਰਾ ਭਰਾ ਨਾਲ ਕਹਿੰਦਾ ਮੈਂ ਵੀ ਜਾਣਾ, ਮੇਰਾ ਕੱਪੜਾ ਖਿੱਚ ਜਾ। ਮੈਂ ਕਿਰਾਇਆ ਥੋੜਾ, ਕਹਿੰਦਾ ਮੈਂ ਜਾਣਾ ਸੀ ਤੇ ਫੜ ਲਈ। ਮੈਂ ਕਿਹਾ ਤੂੰ ਫਿਰ ਇੰਜ ਕਰੀ ਬੋਰੀ ਚ ਬੈਠ ਜੀ, ਮੈਂ ਕਿਰਾਏ ਤੇ ਬਹਿ ਜਾਂਗਾ। ਕਨੈਕਟਰ ਮੈਨੂੰ ਕਹਿੰਦਾ ਕਿਰਾਇਆ ਮੈਂ ਉਹਨੂੰ ਦਿੱਤਾ, ਕਨੈਕਟਰ ਕਹਿੰਦਾ ਬੋਰੀ ਚ ਕੀ ਹੈ? ਮੈਂ ਕਿਹਾ ਯਾਰ ਇਹਦੇ ਚੰਬ ਆ, ਹੱਥ ਕੱਟ। ਕਹਿੰਦਾ ਇੱਕ ਮੈਨੂੰ ਵੀ ਦੇ। ਦਲੀਲ ਕਿਰਾਇਆ ਤੁਹਾਡਾ ਪਿਓ ਵੇ, ਉਹ ਗਲੀ ਦੇ ਵਿੱਚੋਂ ਕਿਸੇ ਦੀ ਮੋਟਰ ਚੋਰੀ ਕਰਕੇ ਤੇ ਬੈਲ ਦੇ ਕੇ ਕਹਿੰਦਾ ਖਾਲਾ ਹੀ ਤਾਰ ਅੰਦਰ ਕਰ ਲਓ। ਖਾਨ ਸਾਹਿਬ ਵੀ ਪਹਿਲੇ ਕ੍ਰਿਕਟ ਖੇਡਦੇ ਸੀ, ਵਿਕਟ ਕੀਪਰ ਸੀ। ਬੋਲਰ ਨੇ ਬਾਲ ਕਰਾਈ, ਉਹ ਵਾਈਟ ਹੋਈ, ਉਹਨੂੰ ਵਾਈਟ ਹੀ ਨਹੀਂ ਕਹਿੰਦੇ। ਦੂਰੋਂ ਖਲੋ ਕੇ ਜਾਵੇ ਵਿੱਚ ਕਰ, ਵਿੱਚ ਕਰ, ਉਹ ਪਿੱਛੇ ਖਲੋਤਾ ਸੀ, ਉਹਨੇ ਮਿੰਟ ਨਹੀਂ ਲਾਇਆ। ਉਹਨਾਂ ਨੂੰ ਬਥੇਰਾ ਕਹਿੰਦੇ ਤਾਂ ਪਾਣੀ ਦਾ ਵਕਫਾ, ਚਾਹ ਦਾ ਵਕਫਾ। ਉਹ ਸਾਹੀਵਾਲ ਦਾ ਸੀ, ਕਹਿੰਦੇ ਨਹੀਂ ਉਮਰ ਮੁੱਕੇਗੀ ਤੇ ਜਾਨ ਛੁੱਟੇਗੀ। ਪੈਂਟ ਵੀ ਪਾਈ, ਸ਼ਰਟ ਵੀ ਪਾਈ, ਇਹੋ ਜਿਹੇ ਅੰਡਰਵੇਅਰ ਵੀ ਪਾਇਆ ਹੁੰਦਾ। ਖਾਨ ਸਾਹਿਬ ਦੇਖੋ, ਫਰਮਾਇਸ਼ ਹੈਗੀ ਹੈ ਗੱਲ ਦੀ, ਕਰੋ ਕਰੋ। ਕਿਸੇ ਨੇ ਫਰਮਾਇਸ਼ ਕੀਤੀ ਕਿ ਜਰਾ ਗੱਲ ਸੁਣਾ ਦਿਓ ਜੀ। ਤੁਸੀਂ ਕਦੀ GT ਰੋਡ ਤੇ ਗਏ ਹੋਵੋ? ਅਕਸਰ ਉੱਥੇ ਮੰਜੀ ਹੋਟਲ ਆਉਂਦਾ, ਤੁਸੀਂ ਕਿਹਾ ਹਾਫ ਸੈਟ ਚਾਹ, ਇੱਕ ਚੈਨਕ, ਦੋ ਕੱਪ। ਹਾਂਜੀ ਹਾਂਜੀ, ਲੈ ਕੇ ਆਉਂਦੇ ਚੈਨਕ, ਬਿਲਕੁਲ। ਜਿੱਥੋਂ ਚੈਨਕ ਫੜੀ ਦੀ ਏ, ਹਾਂਜੀ, ਅੱਗੋਂ ਜਿੱਥੋਂ ਚਾਹ ਨਿਕਲਦੀ ਏ, ਦੇਖੋ ਜਿੱਥੋਂ ਚਾਹ ਨਿਕਲਦੀ ਏ ਉਹਦੇ ਵਰਗਾ ਤੇ ਤੁਹਾਡਾ ਮੂੰਹ ਨਹੀਂ। ਤੇ ਹੋਰ ਕਿਹਦੇ ਵਰਗਾ? ਉਹ ਜਿਹੜੀ ਕਾਗਜ਼ ਦੀ ਬਣਾ ਕੇ ਅੱਗੇ ਚੁੰਝ ਨਹੀਂ ਦਿੰਦੇ ਉਹਦੇ। ਮੈਂ ਤੇਰੀ ਡੈਫੀਨੇਸ਼ਨ ਦੇ ਸਦਕੇ ਜਾਵਾਂ ਵਾ, ਫਰਮਾਇਸ਼ ਹੀ ਐ। ਕਦੀ ਪਿੰਡਾਂ 'ਚ ਗਏ ਹੋਏ, ਬੱਕਰੀਆਂ ਦੇ ਨਿੱਕੇ ਨਿੱਕੇ ਮੇਮੇ ਮੈਂ ਆ ਕਈ ਵਾਰੀ ਵੇਖੇ, ਉਹ ਬੱਕਰੀ ਦੇ ਮੇਮੇ ਦੀ ਨਿੱਕੀ ਜੀ ਪੂਛ ਹੁੰਦੀ ਹੈ। ਆਹੋ ਹੁੰਦੀ। ਦੇਖੋ ਉਸ ਪੂਛ ਵਰਗਾ ਤੇ ਤੁਹਾਡਾ ਮੂੰਹ ਨਹੀਂ। ਤੇ ਹੋਰ ਕਿਹਦੇ ਵਰਗਾ? ਉਹ ਜਿਹੜੀ ਨਾਲ ਉਹਦੇ ਮਿੰਗਣ ਨਹੀਂ ਲਮਕ ਰਹੀ ਹੁੰਦੀ ਹੈ। ਸਾਰੀਆਂ ਫਰਮਾਇਸ਼ਾਂ ਅੱਜ ਮਿਲਦੇ ਹੀ ਆਈਆਂ। ਨਹੀਂ ਫਰਮਾਇਸ਼ ਕਿਸੇ ਨੇ ਕੀਤੀ ਸੀ? ਕਦੀ ਵੈਸੇ ਤੁਸੀਂ ਮੋਚੀ ਦੀ ਦੁਕਾਨ ਤੇ ਗਏ ਹੋ? ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਮੈਂ ਹਾਂ ਕਹਿਣਾ ਕਿ ਨਾ ਕਹਿਣਾ। ਕਈ ਵਾਰੀ ਗਿਆ ਹੈ ਜੀ। ਇਹ ਕੌਣ? ਚਾਚਾ ਤੁਹਾਡਾ ਮੁੰਡਾ ਫੇਰ ਮੇਰਾ ਦੁੱਲਾ ਚੁੱਕ ਗਿਆ। ਇਹ ਕੌਣ? ਇਹ ਉਹੀ ਸੁਖੋਂ ਇਹਨਾਂ ਮੇਰਾ ਡਾਇਰੈਕਟਰ ਸਾਹਿਬ ਜਿਹਦਾ ਮੇਰਾ ਨਿਕਾਹ ਹੋਣਾ ਸੀ ਉਹ ਇਹ ਕੁੜੀ ਹੈ। ਅੱਛਾ, ਦੁਨੀਆਂ ਦੀ ਟਰਾਲੀ ਸਟਾਈ ਸਮਝ ਨਹੀਂ ਲੱਗਦੀ ਕਿਹੜੀ ਮੇਰੀ ਕਿਹੜੀ ਕਿਸੇ ਦੀ ਇੱਥੇ। ਹਾਂਜੀ, ਮੈਨੂੰ ਛੱਡ ਕੇ ਕਿੱਥੇ ਆ ਗਏ ਹੋ? ਮੈਨੂੰ ਚੁੱਕ ਕੇ ਲੈ ਆਏ ਨੇ। ਇਹ ਬਦਮਾਨਸ ਮੂੰਹ ਹੈ। ਕੌਣ? ਬਦਮਾਨਸ ਮੂੰਹ ਹੈ। ਇਹ ਬਦਮਾਨਸ ਮੂੰਹ ਹੈ। ਆ ਧੁੰਦਾਂ ਪੈਣਗੀਆਂ, ਮੇਰੇ ਵਰਗਾ ਵੀ ਨਹੀਂ ਲੱਭਣਾ ਤੈਨੂੰ। ਅੱਛਾ, ਇਹ ਤੇਰੀ ਭੁੱਲ ਏ? ਹਾਂ, ਤੂੰ ਮਾਤਾ 'ਚ ਜਾਓ, ਤੇਰੇ ਵਰਗੇ ਰਾਤ ਨੂੰ ਕਈ ਫਿਰਨ ਡਏ ਹੁੰਦੇ। ਕਿੱਥੇ ਫਿਰਨ ਡਏ ਹੁੰਦੇ ਜੀ? ਮੈਂ ਤੈਨੂੰ ਵੈਸੇ ਹੀ ਕਿਹਾ। ਮੈਂ ਕਿੰਨੀ ਪਰੇਸ਼ਾਨ ਹੋ ਗਈ ਤੁਹਾਡੇ ਤੋਂ ਬਗੈਰ।
बाजी एक बारी वेख लो बुस जानी है। मैं ਐ ਮੇਰੀ ਅਸਲ ਫਿਰ ਮੇਰੀ ਗੱਲ ਸੁਣ ਮੇਰਾ ਨਿਕਾਹ ਤੇਰੇ ਨਾਲ ਹੀ ਹੋਣਾ ਮੈਨੂੰ ਜਿੰਨਾ ਮਰਜ਼ੀ ਚੁੱਕ ਕੇ ਲੈ ਇੱਕ ਵਾਰੀ ਵੇਖ ਤੇ ਲੋ ਯਾਰ ਵੇਖ ਲੈ ਕੀ ਹੈ ਜੀ ਵੇਖ ਲੋ ਲਿਆਓ ਜੀ ਉਹਨੂੰ ਪੁੱਛ ਲੋ ਬਾਜੀ ਆ ਜਾ ਬਾਜੀ ਆ ਜਰਾ ਹਾਂ ਹਾਂ ਓਏ ਹਾਂ ਸਟਿੰਗ ਪੀਣੀ ਇਹ ਵਾਕਈ ਤੇਰੀ ਭੈਣ ਹੈ चौथी च नहीं पढ़ते मेरा दिल करता है तेरी चुम्मी लै ला मैं लगता तेरा मुंह मुक ना जाए कि जिथे को मैं जिधर होया ना दूजे पास तू वट जाए फिर मेनू छापर ही चढ़ा पैना चाचा जी देखो फरमायश ही एक तू रहने कर ला यार कर ला ए मूह भी उस मेंगना लगा ही कर ला ए कितो मूह बब्बी पहलवान मिलता इतना भी कोई गल कर ला चल लम्मा ना कर इधर देख कभी तू मोची की दुकान ते गया होवे हुण पता नहीं मैं दुकान ते जाना कि नहीं जाना चलो जी चला गया वो मोची दे लोहे दा रखिया हुंदा तीन मूंह वाला हां जी हां जी जद बूट चढ़ाउंदे जिहदे ते बूट चढ़ा के किल लाउंदे हां देखो ओदे अरगा ते तुहाडा मूंह नहीं देखो जी मैं दोनों शादी कर लेंगे जिथो फोन आ गया वैगन केड़ी जांदी मुल्क शेर तो याद आया चिड़िया घर बुलाया 50,000 रुपया महीना दे के नौकरी करनी कहता काम की है साडा रिछ मर गया खल पा के तू तमाशा करना उन्हें रिछ की खल पा के तमाशा करना जुम्मा ना पड़ा हूं मैं इसे काम च डेथ करा ला चलो आओ बेगमो चाचा गल सुन एक फरमायश ही यार एक 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 देखो सारी दुनिया पान खांदी है ਤੁਸੀਂ ਕਿਹਦੀ ਪਾਲਾ ਸਿੱਖਦੇ ਖੋਖੇ ਤੇ ਦੋ ਪਾਨ ਲਏ ਹੁਣ ਇੱਕ ਮਿੱਠਾ ਤੇ ਇੱਕ ਪੱਤੀ ਵਾਲਾ ਕਈ ਵਾਰੀ ਲੈਣੇ ਉਹ ਇੱਕੋ ਲਫਾਫੇ ਦੋਵੇਂ ਪਾਨ ਪਾ ਦਿੰਦੇ ਨੇ ਆਹਾ ਉਹ ਕਿਹੜੀ ਐਸੀ ਨਿਸ਼ਾਨੀ ਲਾਉਂਦੇ ਕਿ ਪਤਾ ਲੱਗਿਆ ਮਿੱਠਾ ਹੈ ਪੱਤੀ ਵਾਲਾ ਇੱਕ ਪਾੜ ਦਿੰਦੇ ਨੇ ਤੇ ਇੱਕ ਸਹੀ ਰਹਿੰਦਾ ਉਹ ਜਿਹੜੀ ਥੋੜੀ ਜੀ ਪਾੜਦੇ ਨੇ ਆਹ ਦੇਖੋ ਉਹਦੇ ਅਰਗਾ ਤੇ ਤੁਹਾਡਾ ਮੂੰਹ ਨਹੀਂ ਨਹੀਂ ਹੋਰ ਕਿਹਦੇ ਅਰਗਾ ਉਹ ਜਿਹੜਾ ਉੱਤੋਂ ਐ ਕਰਕੇ ਐ ਨਹੀਂ ਕਰਦੇ ਸਾਡੇ